ਰਾਮਦਾਸ ਜਰਜਨ ਗੁਰ ਬਾਦ ਸ੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਾ ਹੈ ਅਮਰਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ 베ਰੀ ਕਟੋ ਨਿਜ 베ਰੀ ਪਰਚਾਰ ਇਹ 베ਰੀ ਹੋਏ ਭਵ ਸਫਲ ਬਿਨ 베ਰੀ ਕਰਪਾਰ ਇਕੰਕਾਰਾ ਸਤਿਗੁਰ ਤਹਿ ਪ੍ਰਸਾਦ ਸਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਨੇਕੰਕਾਰਾ ਸਤ ਗੁਰੂ ਤਿਹ ਪ੍ਰਸਾਦ ਸਤ ਹੋਏ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਹੰਕਾਰੀ ਸਤ ਸੰਗ ਨਾ ਕਰੈ ਬੜਿਆਈ ਧਨ ਹਿੱਤ ਸਭ ਤਰੈ ਤਿਸ ਕੋ ਪ੍ਰਾਪਤ ਹੋਏ ਨਾ ਗਿਆਨ ਕਿੰਮ ਦਰਗਾਹੇ ਪਾਏ ਸੋ ਮਾਨ ਹੰਕਾਰੀ ਸਤ ਸੰਗ ਨਾ ਕਰੈ ਸਤਿ ਪਾਤਸ਼ਾਹ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਕ ਚਬਰ ਸ਼ਤਰ ਤਖਤ ਦੇ ਮਾਲਕ ਸਮਰਾਥ ਗੁਰੂ ਪ੍ਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰ ਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀ ਹੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚੇ ਸੁਭਾਈ ਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਭਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ ਕੁਝ ਸਮਾਂ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਕਥਾ ਜੋ ਆਪਲ ਧਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ ਉਸ ਨੂੰ ਸਰਵਣ ਕਰਨਾ ਹੈ ਆਓ ਪਿਆਰ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਕਰਨ ਵਾਲੇ ਦੇ ਵਿੱਚ 14 ਗੁਣ ਹੁੰਦੇ ਨੇ ਜੀ 14 ਗੁਣ ਆਪ ਜੀ ਨੇ ਸੁਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਦੱਸੇ ਜੀ ਜਿੱਥੇ ਕਥਾ ਕਰਨ ਵਾਲੇ ਵਿੱਚ 14 ਗੁਣ ਹੁੰਦੇ ਨੇ ਉੱਥੇ ਕਥਾ ਸੁਣਨ ਵਾਲਿਆਂ ਵਿੱਚ ਵੀ 14 ਗੁਣ ਹੁੰਦੇ ਨੇ ਜੀ ਓ ਵੀ 14 ਗੁਣ ਆਪ ਦੀ ਨੇ ਸਰਵਣ ਕੀਤੇ ਇਰੇ ਤੋਂ ਬਾਅਦ ਦੋ ਗੁਰੂ ਕੇ ਪਿਆਰੇ ਸਿੱਖ ਮਹਾਰਾਜ ਦੇ ਕੋਲ ਆਏ ਭਾਈ ਕ੍ਰਿਸ਼ਨ ਚੰਜੂ ਜੀ ਤੇ ਭਾਈ ਪੰਮੂਪੂਰੀ ਜੀ ਇਹ ਗੁਰਸਿੱਖਾਂ ਦੇ ਨਾਮ ਨੇ ਜੀ ਪਹਿਲਾਂ ਇਹੋ ਜਿਹੇ ਨਾਮ ਹੁੰਦੇ ਸੀ ਕਿ ਸਾਰਿਆਂ ਦੇ ਭਾਈ ਕ੍ਰਿਸ਼ਨ ਚੰਜੂ ਜੀ ਤੇ ਭਾਈ ਪੰਮੂਪੂਰੀ ਜੀ ਇਹ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਚ ਆ ਕੇ ਮੱਥਾ ਟੇਕਿਆ ਫੇਰ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਐਸੇ ਬਚਨ ਸੁਣਾਓ ਜਿਨ੍ਹਾਂ ਨੂੰ ਸੁਣ ਕੇ ਸਾਡਾ ਭਲਾ ਹੋਵੇ ਜੀ ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਭਾਈ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਜਿੱਥੇ ਬਹੁਤ ਕੁਝ ਭਿਆਨਕ ਵਰਤ ਰਿਹਾ ਹੈ ਕਾਲ ਯੁਗ ਦੇ ਸਮੇਂ ਵਿੱਚ ਤਰਨ ਵਾਸਤੇ ਜੇ ਕੋਈ ਜਹਾਜ ਹੈ ਤੇ ਉਹ ਪਰਮੇਸ਼ਰ ਦਾ ਨਾਮ ਹੈ ਗੱਦਿਕੇ ਕਹੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਨਾਮ ਜਪਿਆ ਕਰੋ ਬਾਣੀ ਦਾ ਅਭਿਆਸ ਕਰਿਆ ਕਰੋ ਇਹਨਾਂ ਸਿੱਖਾਂ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕੋ ਇੱਕ ਸਿੱਖ ਹੋਣੇ ਜਿਹੜੇ ਬਾਣੀ ਪੜਦੇ ਪ੍ਰੇਮ ਨਾਲ ਅਵਸਥਾ ਵਾਲੇ ਨੇ ਪਰ ਮਹਾਰਾਜ ਕਈ ਤਾਂ ਬਾਣੀ ਪੜ ਕੇ ਜ਼ਿਆਦਾ ਹੰਕਾਰ ਕਰੀ ਜਾਂਦੇ ਜੀ ਕੱਲ ਵੀ ਬੇਨਤੀ ਕੀਤੀ ਸੀ ਜਿੰਨਾ ਚਿਰ ਤੱਕ ਬੰਦੇ ਦਾ ਬੰਦਾ ਗੁਰੂ ਦੀ ਕਿਰਪਾ ਮਿਹਰ ਦੇ ਵਿੱਚ ਰਹਿ ਕੇ ਨਾਮ ਨਹੀਂ ਨਾ ਜਪਦਾ ਜਪਿਆ ਹੋਇਆ ਨਾਮ ਵੀ ਬੰਦੇ ਦੀ ਹਉਮੈ ਦਾ ਕਾਰਨ ਬਣ ਜਾਂਦਾ ਜੀ ਜਿਆਦਾ ਹਉਮੈ ਆ ਜਾਂਦੀ ਜੀ ਕੱਲ ਵੀ ਬੇਨਤੀ ਕੀਤੀ ਸੀ ਅੱਜ ਫੇਰ ਕਰ ਦੇਣਾ ਕਈ ਨਾਮ ਜਪਣ ਵਾਲੇ ਵੀ ਬੜੇ ਕਠੋਰ ਹੁੰਦੇ ਜੀ ਹਾਂਜੀ ਪਰ ਕੋਈ ਗੱਲ ਨਹੀਂ ਮਾਰਾ ਕਹਿੰਦੇ ਆਤਮਾ ਦਰਵੈ ਰਹੇ ਲਿਵ ਲਾਏ ਲਿਵ ਲਾ ਕੇ ਨਾਮ ਜਪੀ ਜਾਵੇ ਜਪੀ ਜਾਵੇ ਇੱਕ ਦਿਨ ਸਾਡੀ ਜਿਹੜੀ ਆਤਮਾ ਇਹ ਦਰਬ ਜਾਏਗੀ ਨਰਮ ਹੋ ਜਾਏਗੀ ਜੀ ਅੰਦਰ ਨਹੀਂ ਨਰਮ ਹੁੰਦਾ ਜੀ ਅੰਦਰ ਬੜਾ ਕਠੋਰ ਹੈ ਜੀ ਮਾਰਾ ਕਹਿੰਦੇ ਕੋਈ ਗੱਲ ਨਹੀਂ ਬਾਣੀ ਨੇ ਸਾਰਿਆਂ ਦਾ ਹੀ ਭਲਾ ਕਰਨਾ ਜੀ ਇੱਕ ਹੋਮੇ ਵਾਲੇ ਬੰਦੇ ਪੜਦੇ ਐ ਅਸਰ ਨਹੀਂ ਕਰਦੇ ਪਰ ਜੇ ਲੱਗੇ ਰਹਿਣਗੇ ਲੱਗੇ ਰਹਿਣਗੇ ਲੱਗੇ ਰਹਿਣਗੇ ਨਾ ਬਾਣੀ ਨੇ ਉਹਨਾਂ ਦਾ ਭਲਾ ਕਰ ਦੇਣਾ ਮਹਾਰਜ ਕਹਿੰਦੇਗੇ ਭਲਾ ਜ਼ਰੂਰ ਹੋਏਗਾ ਸਤਿ ਪਾਤਸ਼ਾਹ ਕਹਿੰਦੇ ਹੈ ਮਹਾਰਜ ਕਹਿਣ ਲੱਗੇ ਇੱਕ ਉਹ ਬੰਦੇ ਹੈਗੇ ਆ ਜਿਹੜੇ ਪੜਦੇ ਹੀ ਨਹੀਂ ਜੀ ਉਹ ਕਹਿੰਦੇ ਜੀ ਸਾਨੂੰ ਬੜਾ ਗਿਆਨ ਹੈਗਾ ਸਾਨੂੰ ਪੜਨ ਦੀ ਲੋੜ ਨਹੀਂ ਹੈਗੀ ਇੱਕ ਉਹ ਬੰਦੇ ਆ ਜਿਹੜੇ ਪੜਦੇ ਆ ਪ੍ਰੇਮ ਨਾਲ ਪੜਦੇ ਆ ਇਕ ਉਹ ਨੇ ਜਿਹੜੇ ਪੜਦੇ ਵੀ ਐ ਪਰ ਹੰਕਾਰ ਵੀ ਕਰਦੇ ਆ ਜੀ ਬੜੇ ਤਰੀਕਿਆਂ ਦੀ ਬੰਦਿਆਂ ਦੀ ਕਿਸਮ ਹੈਗੀ ਆ ਜੀ ਹੰਕਾਰੀਆਂ ਬਾਰੇ ਮਹਾਰਾਜ ਦੱਸ ਰਹੇ ਆ ਚੇਤਾ ਰੱਖਿਓ ਬਾਣੀ ਦਾ ਫੈਸਲਾ ਜਿੱਥੇ ਹੰਕਾਰ ਹੋਏਗਾ ਉਥੇ ਦੁੱਖ ਵੀ ਹੋਏਗਾ ਤੇ ਭੁੱਖ ਵੀ ਹੋਏਗੀ ਜੀ ਹੰਕਾਰੀਆਂ ਦੁੱਖ ਭੁੱਖ ਹੈ ਦੁੱਖ ਵੀ ਉਥੇ ਆਉਣਗੇ ਤੇ ਭੁੱਖ ਵੀ ਵਰਤੇਗੀ ਜੀ ਰਹੋ ਵਿਚਾਰ ਸੱਚੇ ਪਾਤਸ਼ਾਹ ਜੋ ਬਚਨ ਕਰਦੇ ਆਓ ਪਿਆਰ ਦੇ ਨਾਲ ਸਰਮਣ ਕਰੀਏ ਭਾਈ ਕ੍ਰਿਸ਼ਨਾ ਚੰਜੂ ਜੀ ਭਾਈ ਪੰਮੂ ਪੂਰੀ ਜੀ ਮਹਾਰਾਜ ਜੀ ਦੇ ਬਚਨ ਸੁਣ ਰਹੇ ਹਨ ਆਪਾਂ ਵੀ ਸੁਣੀਏ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਹੰਕਾਰੀ ਸਤ ਸੰਗ ਨਾ ਕਰੇ ਮਹਾਰਾਜ ਕਹਿੰਦੇ ਜਿਹੜੇ ਬਹੁਤ ਹੰਕਾਰੀ ਬੰਦੇ ਆ ਨਾ ਉਹ ਸਤ ਸੰਗ ਨਹੀਂ ਕਰਦੇ ਜੀ ਉਹ ਨਹੀਂ ਕਰਦੇ ਜੀ ਉਹਨਾਂ ਨੂੰ ਕਹੀਏ ਆਇਆ ਕਰੋ ਕਥਾ ਕੀਰਤਨ ਸੁਣਿਆ ਕਰੋ ਨਾ ਜੀ ਨਾ ਸਾਡੇ ਕੋਲ ਤੇ ਟਾਈਮ ਹੀ ਨਹੀਂ ਹੈਗਾ ਜੀ ਮਹਾਰਾਜ ਕਹਿੰਦੇ ਉਹ ਹੰਕਾਰੀ ਬੰਦਾ ਸਤ ਸੰਗ ਨਹੀਂ ਕਰ ਸਕਦਾ ਬਹਿ ਵੀ ਜਾਏਗਾ ਆ ਕੇ ਪਰ ਮਨ ਕੀ ਧੋਰ ਹੋਏਗਾ ਸਤ ਸੰਗ ਨਹੀਂ ਕਰ ਸਕਦਾ ਜੀ ਹੰ ਬੜ੍ਹਿਆਈ ਧਨ ਹਿੱਤ ਸਭ ਤਰੈ ਮਹਾਰ ਕਹਿ ਲਗੇ ਬਸ ਇੱਕੋ ਹੀ ਕੰਮ ਐ ਬੇ ਵੜਿਆਈ ਤੇ ਧਨ ਇਹ ਦੋ ਚੀਜ਼ਾਂ ਮੈਨੂੰ ਮਿਲਣ ਦੀ ਹਾਂਜੀ ਤਿਸ ਕੋ ਪ੍ਰਾਪਤ ਹੋਏ ਨਾ ਗਿਆਨ ਜਿਹੜਾ ਬੰਦਾ ਵੜਿਆਈ ਚਾਹੁੰਦਾ ਤੇ ਮਾਇਆ ਚਾਹੁੰਦਾ ਸੱਚੇ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਕਹਿੰਦੇ ਐ ਉਹਨੂੰ ਕਦੀ ਗਿਆਨ ਨਹੀਂ ਪ੍ਰਾਪਤ ਹੁੰਦਾ ਜੀ ਸੋਝੀ ਨਹੀਂ ਮਿਲਦੀ ਸੋਝੀ ਵਾਲਾ ਜੀਵਨ ਨਹੀਂ ਨਿਭੰਦਾ ਹਾਂਜੀ ਕਿੰਮ ਦਰਗਾਹੇ ਪਾਏ ਸੋ ਮਾਨ ਹੁਣ ਆਖੇ ਮੈਂ ਧਰਮ ਦੇ ਕੰਮ ਤੇ ਬੜੇ ਕਰਦਾ ਪਰ ਸਤ ਸੰਗ ਨਹੀਂ ਕਰਦਾ ਸਤ ਸੰਗ ਦਾ ਮਤਲਬ ਪਤਾ ਕੀ ਹੁੰਦਾ ਜੀ ਸਦਾ ਸੱਚ ਦੇ ਨੇੜੇ ਰਹਿਣਾ ਜੀ ਪਰਮੇਸ਼ਰ ਦੇ ਨੇੜੇ ਰਹਿਣਾ ਜੀ ਇੱਕ ਬੰਦਾ 13 ਸਾਲਾਂ ਤੋਂ ਕਮਾਈ ਕਰੇ ਜੀ ਉਹ ਸੋਹੰਗ ਸੋਹੰਗ ਸ਼ਬਦ ਦਾ ਜਾਪ ਕਰਦਾ ਸੀਗਾ ਧਿਆਨ ਨਾ ਸੁਣਿਆ ਇਹ ਗੱਲ ਸੋਹੰਗ ਸੋਹੰਗ ਦਾ ਜਾਪ ਕਰਿਆ ਕਰੇ ਤੇ ਸ਼੍ਰੀ ਨਾਨਕ ਚਮਤਕਾਰ ਭਾਈ ਵੀਰ ਸਿੰਘ ਜੀ ਨੇ ਲਿਖਿਆ Hindu ਸੀਗਾ ਜੀ ਉਹ ਬੰਦਾ ਪੰਡਾਰੀ ਦੀ ਪੰਡਾਰੀ ਦੀ ਕਰਕੇ ਉਹਨੂੰ ਕਹਿੰਦੇ ਸਨ ਸਾਰੇ ਅੰਦਰ ਉਹ ਸੁੱਕਾ ਹੀ ਰਹਿੰਦਾ ਸੀਗਾ ਜੀ ਨਾਮ ਜਪਦਾ ਸੀ ਪਰੰਮਾਨੰ ਸੁੱਕਾ ਹੀ ਰਹਿੰਦਾ ਸੀ ਕਾ ਜੀ ਕਈ ਬੰਦੇ ਐਸੇ ਹੁੰਦੇ ਆ ਅੰਦਰ ਨਹੀਂ ਭਿੱਜਦਾ ਜੀ ਹੁਣ ਨਾਨਕ ਚਮਤਕਾਰ ਸੁਣਿਆ ਕਰੇ ਕਦੀ ਕਦੀ ਅੰਦਰ ਭਿੱਜਿਆ ਕਰੇ ਕਦੀ ਕਦੀ ਅੱਖਾਂ ਚੋਂ ਬਿਰਾਗ ਆਇਆ ਕਰੇ ਉਹਨੇ ਕਿਹਾ ਵੀ ਇਹਦਾ ਲਿਖਣ ਵਾਲਾ ਕੌਣ ਹੈ ਭਾਈ ਪੀਰ ਸਿੰਘ ਜੀ ਕੋ ਪਹੁੰਚ ਗਿਆ ਭਾਈ ਵੀਰ ਸਿੰਘ ਜੀ ਉਹਨੂੰ ਕਹਿੰਦੇ ਆ ਵੀ ਹੁਕਮ ਕਰੋ ਕਹਿਣ ਲੱਗਾ ਪਹਿਲਾਂ ਤੇ ਮੈਨੂੰ ਮਾਫ ਕਰਿਓ ਮੈਂ ਬਿਨਾਂ ਦੱਸਿਆ ਪੁੱਛਿਆ ਤੁਹਾਡੇ ਕੋਲ ਆਇਆ 13 ਸਾਲ ਹੋ ਗਏ ਸੀਗੇ ਇਸ ਮਾਰਗ ਤੇ ਤੁਰਦਿਆਂ ਅੱਜ ਤੱਕ ਮੇਰੀ ਮੇਰੇ ਪੱਲੇ ਨਹੀਂ ਕੁਝ ਪਿਆ ਸੰਗਤ ਜੀ ਮੈਂ ਵੀ ਆਪਣੇ ਮਨ ਵਿੱਚ ਵੇਖਦਾ ਤੇ ਤੁਸੀਂ ਵੀ ਵੇਖੋ بڑے بڑے ਸਾਲ ਹੋ ਜਾਂਦੇ ਲੱਗਿਆਂ ਨੂੰ ਗੱਲ ਨਹੀਂ ਬਣੀ ਹੁੰਦੀ ਕੋਈ ਜੀ ਕੋਈ ਗੱਲ ਨਹੀਂ ਬਣੀ ਹੁੰਦੀ ਆਉਣਾ ਜਾਣਾ ਇੱਕ ਖੇਡ ਹੀ ਬਣੀ ਰਹਿੰਦੀ ਆ ਰੋਜ ਜੀ ਮਾਰੇ ਮੇਰੇ ਪੱਲੇ ਨਹੀਂ ਕੁਝ ਪਿਆ ਭਾਈ ਵੀਰ ਸਿੰਘ ਜੀ ਨੂੰ ਉਹਨੇ ਆਖਿਆ ਭਾਈ ਉਹ ਹੁਣ ਉਮਰ ਵੱਡੀ ਹੋ ਚੁੱਕੀ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਕਿਹੜਾ ਜਾਪ ਕਰਦੇ ਹੁੰਦੇ ਇਥੇ ਕਹਿੰਦਾ ਸੋਹਣ ਉਹ ਕਹਿੰਦੇ ਵੀ ਅਸੀਂ ਤਾਂ ਵਾਹਿਗੁਰੂ ਜਪਦੇ ਹਾਂ ਪਰ ਕੋਈ ਗੱਲ ਨਹੀਂ ਉਮਰ ਬਹੁਤ ਵੱਡੀ ਹੋ ਗਈ ਹੈ ਸੋਹੰਗ ਹੁਣ ਜਾਪ ਬਦਲ ਦਿੱਤਾ ਤੇ ਗੱਲ ਹੋਰ ਨਹੀਂ ਬਣਨੀ ਤੇ ਕਦੀ ਇਹ ਮਹਿਸੂਸ ਕੀਤਾ ਵੀ ਸੋਹੰਗ ਤੇਰੇ ਕੋਲ ਹੈ ਸੋਹੰਗ ਤੈਨੂੰ ਸੁਣ ਰਿਹਾ ਹੈ ਕਹਿੰਦਾ ਆਹ ਤੇ ਗੱਲ ਮੈਨੂੰ ਦੱਸੀ ਨਹੀਂ ਕਿਹਨੇ ਅਜੇ ਤੱਕ ਕਹਿੰਦੇ ਪਿਆਰਿਆ ਇਹ ਮਹਿਸੂਸ ਕਰਿਆ ਕਰ ਸੋਹੰਗ ਤੇਰੇ ਲਾਗੇ ਤੇ ਤੈਨੂੰ ਸੁਣ ਰਿਹਾ ਹੈ ਇਸ ਤਰ੍ਹਾਂ ਸੋਹੰਗ ਸੋਹੰਗ ਜਾਪ ਕਰ ਛੇਤੀ ਤੇਰੀ ਗੱਲ ਬਣ ਜਾਏਗੀ ਜੀ ਉਹਦੀ ਛੇਤੀ ਗੱਲ ਬਣ ਗਈ ਸਤ ਸੰਗ ਦੀ ਮੈਂ ਗੱਲ ਕਰ ਰਿਹਾ ਸਾਂ ਸੱਚ ਦੇ ਕਿੰਨਾ ਕੋ ਨੇੜੇ ਹੋਏ ਆ ਤੇ ਝੂਠ ਤੋਂ ਕਿੰਨੇ ਕੋ ਦੂਰ ਹੋਏ ਆ ਇਹ ਵਿਚਾਰ ਕਰਨੀ ਜੀ ਸਤ ਸੰਗ ਦਾ ਅਰਥ ਹੈ ਜਿੱਥੇ ਆ ਵੀ ਸਤ ਸੰਗ ਹੈ ਜਿੱਥੇ ਆਪਾਂ ਬੈਠੇ ਕਥਾ ਸੁਣਦੇ ਕੀਰਤਨ ਸੁਣਦੇ ਇਹ ਵੀ ਸਤ ਸੰਗ ਹੈ ਪਰ ਅਸਲ ਚ ਸਤ ਸੰਗ ਕੀ ਹੈ ਉਹ ਇਹ ਹੈ ਬੰਦਾ ਸੱਚ ਦੇ ਨੇੜੇ ਕਿੰਨਾ ਕੁ ਗਿਆ ਤੇ ਝੂਠ ਤੋਂ ਕਿੰਨਾ ਕੁ ਦੂਰ ਹੋਇਆ ਜੀ ਹੁਣ ਅਹੰਕਾਰੀ ਬੰਦਾ ਸੱਚ ਦੇ ਨੇੜੇ ਜਾਂਦਾ ਹੀ ਨਹੀਂ ਗੁਰੂ ਆਰ ਗੋਬਿੰਦ ਸਾਹਿਬ ਕਹਿੰਦੇ ਸਤ ਸੰਗ ਨਹੀਂ ਕਰਦਾ ਸੰਗਤ 'ਚ ਵੀ ਆਏਗਾ ਪਰ ਉਫੋਂ ਫਾਈ ਕਰ ਫੋਂ ਫਾਈ ਹੁੰਦੀ ਜੀ ਅਹੰਕਾਰੀ ਹੁੰਦਾ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤਨ ਤੇ ਵੜਿਆਈ ਚਾਹੀਦੀ ਬਿ ਲੋਕ ਕਹਿਣੇ ਬੜਾ ਜੁੜਿਆ ਹੋਇਆ ਜੀ ਉਹਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ ਤੇ ਦਰਗਾਹ 'ਚ ਉਹ ਜ ਆ ਬੰਦਾ ਮਾਣ ਨਹੀਂ ਪ੍ਰਾਪਤ ਕਰਦਾ ਜੀ ਉਥੇ ਸੱਚੇ ਹੀ ਸੱਜ ਨਿਭੜਾ ਚੁਣ ਵਖ ਕੱਢੇ ਜਦ ਮੰਨ ਲਿਆ ਥਾਉ ਨਾ ਪਾਇਨ ਕੂੜਿਆ ਹਾਂਜੀ ਸ੍ਰੀ ਅੰਮ੍ਰਿਤਸਰ ਜਿਸ ਨੇ ਜਾਣਾ ਹੁਣ ਮਹਾਰਾਜ ਉਦਾਹਰਣ ਦਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬੈਠੇ ਆ ਮਹਾਰਾਜ ਕਹਿੰਦੇ ਜੇ ਕਿਸੇ ਨੇ ਹਰਮੰਦਰ ਸਾਹਿਬ ਜਾਣਾ ਹੋਵੇ ਅੰਮ੍ਰਿਤਸਰ ਆਉਣਾ ਹੋਵੇ ਹਾਂਜੀ ਮਗ ਨਾ ਲਹ ਤਉ ਬੂਝ ਪਯਨ ਹੁਣ ਜਿੰਨੂ ਤੇ ਅੰਮ੍ਰਿਤਸਰ ਦਾ ਰਾਹ ਪਤਾ ਲੱਗ ਗਿਆ ਜੀ ਅੰਮ੍ਰਿਤਸਰ ਦਾ ਰਾਹ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਉਹ ਰਸਤਾ ਨਹੀਂ ਲੱਭਦਾ ਫਿਰਦਾ بس ਉਹ ਤੁਰ ਪੈਂਦਾ ਜੀ ਕਿਉਂ ਉਹਨੂੰ ਪਤਾ ਜੀ ਹਾਂਜੀ ਅਗਿਆਨੀ ਵੀ ਆਏ ਸ਼ਨਾਨੇ ਤਿਸ ਕੋ ਸੰਗਤ ਮਿਲੀ ਮਹਾਨੇ ਹੁਣ ਇੱਕ ਬੰਦਾ ਜਿਹਨੂੰ ਅੰਮ੍ਰਿਤ ਸਰ ਦਾ ਰਾਹ ਪਤਾ ਜੀ ਇੱਕ ਬੰਦਾ ਉਹ ਹੈ ਜਿਹਨੂੰ ਅੰਮ੍ਰਿਤ ਸਰ ਦਾ ਰਾਹ ਨਹੀਂ ਪਤਾ ਮਹਾਰਾਜ ਕਹਿੰਦੇ ਧਿਆਨ ਨਾਲ ਸੁਣਿਓ ਆਖੋ ਵਾਹਿਗੁਰੂ ਵਾਹਿਗੁਰੂ ਹੁੰਦਾ ਕੀ ਹੈ ਜੀ ਜਿਹਨੂੰ ਰਾਸਤਾ ਪਤਾ ਹੈ ਨਾ ਉਹਦੇ ਨਾਲ ਉਹ ਬੰਦਾ ਰਲ ਜਾਂਦਾ ਜੀ ਜਿਹਨੂੰ ਰਾਹ ਨਹੀਂ ਪਤਾ ਹੁੰਦਾ ਜੀ ਅਗਿਆਨੀ ਜਿਹਨੂੰ ਰਾਹ ਨਹੀਂ ਪਤਾ ਹੁਣ ਰਾਹ ਨਹੀਂ ਪਤਾ ਪਰ ਉਹਨੂੰ ਰਾਹ ਪਤਾ ਹੋਣ ਵਾਲੇ ਦੀ ਸੰਗਤ ਮਿਲ ਗਈ ਇਹਦੀ ਉਹ ਵੀ ਆ ਗਿਆ ਇਹਦੀ ਅਮਰਤ ਸਰ ਉੰਜ ਕਿਵੇਂ ਆਉਣਾ ਸੀ ਮਾਰਦ ਕਹਿੰਦੇ ਹਾਂਜੀ ਆਏ ਸੁਧਾਸਰ ਕਰੈ ਸ਼ਨਾਨ ਉਹ ਵੀ ਫਿਰ ਆ ਕੇ ਅਮਰਤ ਸਰੋਵਰ 'ਚ ਇਸ਼ਨਾਨ ਕਰ ਲੈਂਦਾ ਮਿਲ ਆਵਤ ਤਿੰਨ ਸੰਗ ਅਜਾਨ ਅਣਜਾਣ ਬੰਦਾ ਵੀ ਉਹਦੇ ਨਾਲ ਆ ਕੇ ਮਿਲ ਕੇ ਇਸ਼ਨਾਨ ਕਰ ਲੈਂਦਾ ਜਿੰਨੂੰ ਪਤਾ ਜੀ ਮੰਨ ਲਓ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਜੀ ਜੇ ਮੈਂ ਆਪ ਤੁਰਾਂਗਾ ਕਈਆਂ ਨੂੰ ਪੁੱਛਾਂਗਾ ਹੋ ਸਕਦਾ ਰਸਤਾ ਵੀ ਭਟਕ ਜਾਵਾਂ ਜੀ ਕਿੰਨੀ ਖੇਚਲ ਜੀ ਤੇ ਸਿੱਧਾ ਹੀ ਮੈਂ ਤੁਹਾਡੇ ਨਾਲ ਤੁਰਿਆ ਜਾਵਾਂ ਤੇ ਆ ਕੇ ਮੈਂ ਵੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਕਰ ਸਕਦਾ ਹਾਂ ਜੀ ਸਰੋਵਰ 'ਚ ਇਸ਼ਨਾਨ ਕਰ ਸਕਦਾ। ਹਾਂਜੀ। Տਿਮ ਜਗਿਆਸੀ ਪਹੁੰਚੈ ਆਏ ਮੱਜਨ ਕਰ ਆਨੰਦ ਕੋ ਪਾਏ। ਮਹਾਰਾਜ ਕਹਿਣ ਲੱਗੇ ਉਹ ਵੀ ਆ ਕੇ ਉਹ ਬੰਦਾ ਵੀ ਸਰੋਵਰ 'ਚ ਇਸ਼ਨਾਨ ਕਰ ਲੈਂਦਾ ਜਿਹਨੂੰ ਰਸਤਾ ਹੀ ਨਹੀਂ ਸੀ ਪਤਾ। ਉਹ ਵੀ ਜਗਿਆਸੂਆਂ ਨਾਲ ਮਿਲ ਕੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਕੇ ਆਪਣਾ ਭਲਾ ਕਰ ਲੈਂਦਾ ਜੀ। ਉਹ ਬੰਦਾ ਜਿੰਨੂੰ ਰਸਤਾ ਹੀ ਨਹੀਂ ਪਤਾ ਜੀ ਹਾਂਜੀ ਜੋ ਗਿਆਨੀ ਮਗਜਨਤ ਆਛੇ ਆਨ ਪਹੁੰਚਤ ਜਬ ਚਿਤ ਬਾਂਛੇ ਜੋ ਪਰੰਤੂ ਮਗ ਜਾਣ ਨਿਹਾਰੋ ਦਿਸ਼ਾ ਪਰਮ ਪਰ ਦੇ ਮਝਾਰੋ ਆਖੋ ਵਾਹ ਗੁਰੂ ਜਾਣਕਾਰ ਤੇ ਬਹੁਤ ਸੌਖਾ ਪਹੁੰਚ ਜਾਂਦਾ ਤੇ ਮਹਾਰਾਜ ਕਹਿੰਦੇ ਜਿੰਨੂੰ ਨਹੀਂ ਪਤਾ ਹੁੰਦਾ ਉਹਨੂੰ ਦਿਸ਼ਾ ਪਰਮ ਹੋ ਜਾਂਦਾ ਜੀ ਪਟਕ ਜਾਂਦਾ 100 ਜਣਿਆਂ ਨੂੰ ਪੁੱਛਦਾ ਫਿਰ ਦਿਸ਼ਾ ਭਰਮ ਹੋ ਜਾਵੇ ਕਿਤੇ ਹੋਰ ਹੀ ਪਹੁੰਚ ਜਾਂਦਾ ਬੰਦਾ ਜੀ ਤੇ ਕਿੰਨਾ ਵਧੀਆ ਜੀ ਜਿੰਨੂੰ ਪਤਾ ਉਹਦੇ ਨਾਲ ਤੁਰ ਹੀ ਜਾਵੇ ਜੀ ਇਹਨੂੰ ਕਹਿੰਦੇ ਸੰਗ ਦੀ ਸ਼ਕਤੀ ਸੰਗਤ ਦਾ ਅਸਰ ਹਾਂਜੀ ਉਲਟੋ ਜਾਤ ਸੁਧਾ ਸਰ ਮਗਤੇ ਮਹਾਰਾਜ ਕਹਿੰਦੇ ਹੋ ਸਕਦਾ ਅਗਿਆਨੀ ਬੰਦਾ ਜਿਹਨੂੰ ਨਹੀਂ ਪਤਾ ਪੁੱਛ ਪੁੱਛ ਕੇ ਆ ਰਿਹਾ ਤੇ ਕਈ ਵਾਰੀ ਪੁੱਛਣ ਵਾਲੇ ਵੀ ਉਹਦੇ ਹੁੰਦੇ ਦੱਸਣ ਵਾਲੇ ਵੀ ਉਹੋ ਜਿਹੇ ਹੁੰਦੇ ਦੀ ਹਾਂਜੀ ਬਾਹਰ ਕਹਿੰਦੇ ਉਹ ਅੰਮ੍ਰਿਤਸਰ ਤੋਂ ਉਲਟ ਰਸਤੇ ਨੂੰ ਵੀ ਜਾ ਸਕਦਾ ਹੈ ਜੀ ਹਾਂਜੀ ਸੁਣ ਹੈ ਅਪਰਤੇ ਕਹੈ ਨਾ ਲਗਤੇ ਆਖੋ ਵਾਹਿਗੁਰੂ ਵਾਹਿਗੁਰੂ ਤੇ ਹੋਰ ਨਾਂ ਤੇ ਕਈ ਹੋਈ ਸੁਣ ਕੇ ਫਿਰ ਉਲਟ ਰਸਤੇ ਵੀ ਤੁਰ ਸਕਦਾ ਬੰਦਾ ਜੀ ਪਤਾ ਨਹੀਂ ਨਾ ਜਿਦੋਂ ਕਿਹੇ ਗੱਲ ਦਾ ਹਾਂਜੀ ਔਰ ਹੰਕਾਰ ਕੇ ਮੈਂ ਮਗ ਜਾਣੋ ਪਰ ਇੱਕ ਹੋਰ ਬੰਦੇ ਆ ਗਏ ਜਿਨ੍ਹਾਂ ਦੇ ਮਨ ਚ ਹੰਕਾਰ ਬੜਾ ਹੈਗਾ ਜੀ ਹੰਕਾਰ ਬੜਾ ਹੁੰਦਾ ਉਹ ਕਹਿੰਦੇ ਮੈਨੂੰ ਤੇ ਪਤਾ ਤੇ ਪਤਾ ਨਹੀਂ ਹੁੰਦਾ ਜੀ ਉਹਨਾਂ ਨੂੰ ਔਰ ਹੰਕਾਰ ਕੇ ਮੈਂ ਮਗ ਜਾਣੋ ਉਹ ਕਹਿੰਦੇ ਮੈਨੂੰ ਪਤਾ ਰਸਤੇ ਦਾ ਹਾਂਜੀ ਭਰਮ ਭਾਇਓ ਔਰ ਨਹੀਂ ਪਛਾਨੋ ਤੇ ਫਿਰ ਤੁਰੇ ਜਾਂਦੇ ਪੁੱਛਦੇ ਵੀ ਨਹੀਂ ਕਿਸੇ ਨੂੰ ਨਾ ਪੁਛਦੇ ਨਾ ਕਿਸੇ ਦਾ ਸੰਗ ਕਰਦੇ ਇੱਕੋ ਹੀ ਰੱਟ ਲਾਈ ਹੁੰਦੀ ਵੀ ਮੈਨੂੰ ਪਤਾ ਹੈ ਹਾਂਜੀ ਤੇ ਸੰਗਤ ਜੀ ਉਹ ਫਿਰ ਮਹਾਰਾਜ ਕਹਿੰਦੇ ਹੋਰ ਓਜੜੇ ਪੈ ਜਾਂਦੇ ਜੀ ਇਸੇ ਤਰ੍ਹਾਂ ਹੀ ਆਖੋ ਵਾਹਿਗੁਰੂ ਵਾਹਿਗੁਰੂ ਸਭ ਤੋਂ ਵਧੀਆ ਤਾਂ ਇਹ ਗੱਲ ਹੈਗੀ ਆ ਵੀ ਜੇ ਕਿਸੇ ਗੁਰਮੁਖ ਦਾ ਸੰਗ ਮਿਲ ਜਾਏ ਜੀ ਨਹੀਂ ਤੇ ਚਲੋ ਬੰਦਾ ਪੁਸਤਕਾਂ ਪੜਦਾ ਪੁਛਦਾ ਗਿਠਦਾ ਤੇ ਕਈ ਤੇ ਉਹ ਵੀ ਨਹੀਂ ਕਰਦੇ ਜੀ ਉਹ ਕਹਿੰਦੇ ਜੀ ਸਾਨੂੰ ਪਤਾ ਜੀ ਸਾਰਾ ਕੁਝ ਜੀ ਹਾਂਜੀ ਉਹ ਆਪੇ ਹੀ ਬਣੇ ਗਿਆਨੀ ਹੁੰਦੇ ਆ ਉਹ ਕਹਿੰਦੇ ਸਾਨੂੰ ਪਤਾ ਹੈਗਾ ਜੀ ਸਾਰੀ ਗੱਲ ਦਾ ਜੀ ਹਾਂਜੀ ਤੇਮ ਸੰਤਨ ਤੇ ਪੂਸ਼ਤ ਨਾਹੀ ਮੈਂ ਸਭ ਪਠਿਓ ਲਖੈ ਮਨਮਾਹੀ ਉਹ ਸਮਝਦਾ ਵੀ ਮੈਨੂੰ ਪਤਾ ਅਮਰਤ ਸਰ ਦਾ ਰਾਹ ਪਰ ਪਹੁੰਚਦਾ ਨਹੀਂ ਜੀ ਇਹ ਬੜੀ ਅੱਜ ਕੱਲ੍ਹ ਰੋਗ ਚੱਲਿਆ ਵੀ ਸਾਨੂੰ ਪਤਾ ਜੀ ਕੋਈ ਗੱਲ ਦੱਸਣ ਲੱਗੀ ਜੀ ਸਾਨੂੰ ਪਤਾ ਜੀ ਹਾਂ ਜੀ ਉਹ ਨਵੀਂ ਨਵੀਂ ਬਉਟੀ ਵਿਆਹੀ ਦੀ ਤੇ ਸਹੁਰੇ ਘਰ ਗਈ ਦੀ ਤੇ ਸਹੁਰੇ ਘਰ ਵਾਲਿਆਂ ਆਖਿਆ ਵੀ ਫਿਰ ਕੀ ਬਣਾ ਕੇ ਖਵਾਉਣਾ ਤੇ ਸੱਸ ਕਹਿਣ ਲੱਗੀ ਵੀ ਬਉਟੀ ਨਾ ਖੀਰ ਬਣਾ ਕੇ ਖਵਾਏਗੀ ਹੁਣ ਉਹਨੂੰ ਖੀਰ ਨਹੀਂ ਬਣਾਉਣੀ ਆਉਂਦੀ ਦੀ ਉਹਨੇ ਆਪਣੀ ਮਾਸੀ ਨੂੰ ਲਾਇਆ ਫੋਨ ਕਹਿੰਦੀ ਮੈਨੂੰ ਦੱਸ ਖੀਰ ਕਿਵੇਂ ਬਣਾਉਣੀ ਉਹਨੇ ਦੱਸਿਆ ਜੀ ਹਾਂ ਬੀਬੀਆਂ ਨੂੰ ਪਤਾ ਦੁੱਧ ਦੁੱਧ ਪਾਓ ਫਿਰ ਚੌਲ ਪਾਓ ਇਨੋਂ ਖੰਡ ਪਾਓ ਹਾਂ ਸਾਰਾ ਕੁਝ ਉਹ ਆਖੇ ਦੁੱਧ ਪਾਉਣਾ ਕਹਿੰਦੀ ਇਹ ਮੈਨੂੰ ਪਤਾ ਅੱਗੇ ਦੱਸੋ ਚੌਲ ਕਹਿੰਦੀ ਇਹ ਵੀ ਮੈਨੂੰ ਪਤਾ ਅੱਗੇ ਦੱਸੋ ਖੰਡ ਇਹ ਵੀ ਪਤਾ ਕਹਿੰਦੀ ਨਾਲੇ ਬਣਾਈ ਗਈ ਤੇ ਬਣਾਈ ਅੱਗੇ ਨਹੀਂ ਸੀ ਕਦੀ ਜੀ ਬਸ ਉਹ ਵੀ ਮੈਨੂੰ ਪਤਾ ਜੀ ਤੇ ਉਹਦੀ ਮਾਸੀ ਨੇ ਸੋਚਿਆ ਵੀ ਇਹ ਤੇ ਨਾਲੇ ਪੁੱਠੀ ਜਾਂਦੀ ਬਣਾਈ ਜਾਂਦੀ ਐ ਨਾਲੇ ਆਖੀ ਜਾਂਦੀ ਮੈਨੂੰ ਪਤਾ ਮੈਨੂੰ ਪਤਾ ਖੂਬ ਵਿੱਚ ਬਦਾਮ ਗਿਰਿਆ ਕਾਜੂ ਮੇਵੇ ਪਾਏ ਕਹਿਣ ਲੱਗੀ ਫਿਰ ਇੱਕ ਚੀਜ਼ ਨਹੀਂ ਤੈਨੂੰ ਪਤਾ ਹੋਣੀ ਕਹਿੰਦੀ ਕਿ ਕਹਿਣ ਲੱਗੀ ਸੁਣ ਮਾਸੀ ਕਹਿੰਦੀ ਕਹਿਣ ਲੱਗੀ ਜਦੋਂ ਖੀਰ ਬਹੁਤੀ ਸਵਾਦ ਬਣਾਉਣੀ ਹੋਵੇ ਨਾ ਤੇ ਖੀਰ ਜਦੋਂ ਬਣ ਜਾਵੇ ਇੱਕ ਮੁੱਠ ਤੇ ਸਵਾਹ ਪਾ ਦਈਦੀ ਕਹਿਣ ਲੱਗੀ ਕਹਿੰਦੀ ਹਾਂ ਇਹ ਨਹੀਂ ਪਤਾ ਹਾਂਜੀ ਤੇ ਜਦੋਂ ਪਾ ਹੀ ਸਵਾਹ ਤੇ ਪਰੋਸ ਦਿੱਤੀ ਸਾਰਿਆਂ ਨੂੰ ਜੀ ਤੇ ਸਾਰੇ ਥੂ ਥੂ ਕਰਨ ਉਹਨੇ ਲਾਇਆ ਮਾਸੀ ਆਪਣੀ ਨੂੰ ਫੋਨ ਵੀ ਇਹ ਕਿ ਬਣਾਤਾ ਹੀ ਕਹਿਣ ਲੱਗੀ ਤੈਨੂੰ ਤੇ ਸਾਰਾ ਕੁਝ ਪਤਾ ਸੀ ਤੈਨੂੰ ਤੇ ਪਤਾ ਸੀ ਸਾਰਾ ਤੇ ਹੁਣ ਕੀ ਗੱਲ ਹੈਗੀ ਐ ਹੁਣ ਆਨੰਦ ਲਾ ਕੇ ਕਹਿੰਦੇ ਕਿ ਆਕੋ ਵਾਹਿਗੁਰੂ ਹਾਂਜੀ ਬਸ ਮੈਨੂੰ ਪਤਾ ਜੀ ਇਸੇ ਤਰ੍ਹਾਂ ਰੱਬ ਦਾ ਰਸਤਾ ਸੰਗਤ ਦੀ ਰੱਬ ਦੇ ਰਸਤੇ ਤੇ ਤਪ ਪੁੱਛਦੇ ਰਹਿਣਾ ਚਾਹੀਦਾ ਪਰ ਪੁੱਛਣਾ ਉਹਨਾਂ ਨੂੰ ਚਾਹੀਦਾ ਜਿਹੜੇ ਇਸ ਰਸਤੇ ਤੇ ਪੰਦੀ ਹੈਗੇ ਨੇ ਜੀ ਮਾਰਾ ਕਹਿੰਦੇ ਕੁਝ ਹੰਕਾਰੀ ਬੰਦੇ ਇਹੋ ਹੀ ਕਹਿੰਦੇ ਰਹਿੰਦੇ ਵੀ ਸਾਨੂੰ ਪਤਾ ਹੈਗਾ ਜੀ ਕਈਆਂ ਨੂੰ ਕਈਏ ਨਾ ਬਾਣੀ ਦੀ ਸੰਖਿਆ ਲੈ ਕੇ ਪੜਿਆ ਕਰੋ ਉਹ ਕਹਿੰਦੇ ਲੈ ਸਾਨੂੰ ਤੇ ਪੜਨੀ ਆਉਂਦੀ ਹੈ ਸਾਨੂੰ ਤੇ ਆਉਂਦੀ ਹੈ ਸਾਡੇ ਤੋਂ ਵੱਧ ਕਿਹੜਾ ਸਿਆਣਾ ਹੈਗਾ ਜੀ ਨਹੀਂ ਫਿਰ ਗੱਲ ਨਹੀਂ ਬਣਦੀ ਜੀ ਤਿਮ ਸੰਤਨ ਤੇ ਪੁੱਛਤ ਨਹੀਂ ਮੈਂ ਸਭ ਪਠਿਓ ਲਖਹਿ ਮਨ ਮਾਹੀ ਮਾਰਾ ਕਹਿੰਦੇ ਜਿਵੇਂ ਅੰਮ੍ਰਿਤਸਰ ਕਿਹਨੇ ਆਉਣਾ ਰਸਤੇ ਦਾ ਪਤਾ ਨਹੀਂ ਪੁੱਛਦਾ ਵੀ ਨਹੀਂ ਕਿਸੇ ਨੂੰ ਉਟੜੇ ਪੈ ਜਾਂਦਾ ਇਸੇ ਤਰ੍ਹਾਂ ਪਰਮੇਸ਼ਰ ਨੂੰ ਮਿਲਣਾ ਤੇ ਕਈ ਬੰਦੇ ਕਿਸ ਨੂੰ ਪੁੱਛਦੇ ਵੀ ਨਹੀਂ ਜੀ ਸੰਤਾਂ ਨੂੰ ਪੁੱਛਦੇ ਵੀ ਨਹੀਂ ਸਮਝਦੇ ਐ ਸਾਨੂੰ ਪਤਾ ਰੱਬ ਨਾਲ ਕਿਵੇਂ ਮਿਲਣਾ ਹਾਂਜੀ ਮੁੜ ਘੁੜ ਕੇ ਇੱਕੋ ਗੱਲ ਕਰੀ ਜਾਣਗੇ ਜੇ ਮਨ ਸਾਫ਼ ਹੋਣਾ ਚਾਹੀਦਾ ਜੀ ਹਾਂਜੀ ਮਨ ਸਾਫ਼ ਹੋਣਾ ਚਾਹੀਦਾ ਜੀ ਸੰਗਤ ਦੀ ਮਨ ਐਵੇਂ ਨਹੀਂ ਸਾਫ਼ ਹੁੰਦਾ ਮਨ ਸਾਫ਼ ਕਰਨ ਦੀ ਸੇਵਾ ਵੀ ਕਰਨੀ ਪੈਣੀ ਤੇ ਸਿਮਰਨ ਵੀ ਕਰਨਾ ਪੈਣਾ ਜੀ ਇੱਕ ਸਾਧੂ ਨਾਮ ਜਪ ਰਿਹਾ ਤੇ ਬੇਬੀ ਨੰਗ ਰਹੀ ਸੀ ਕਹਿੰਦੀ ਅਰੇ ਤਪਾ ਕਾਹੇ ਕੋ ਖਪਾ ਕਿਉਂ ਖਪਣਨਿਆ ਮਾਇਆ ਮਾਲਾ ਫੇਰਨਿਆ ਜਹਾਂ ਮਤੇ ਤਹਾਂ ਗਤੇ ਜਿੱਥੇ ਅੰਤ ਦੇ ਸਮੇਂ ਤ ਤੇਰਾ ਫੁਰ ਨਾ ਜਾਣਾ ਉਹ ਤੇਰੀ ਗਤੀ ਹੋਣੀ ਹੈ ਉਹ ਕਹਿਣ ਲਗਾ ਅੰਤਲੇ ਸਮੇਂ ਰੱਬ ਚੇਤਾਵੇ ਇਸੇ ਕਰਕੇ ਖਪਣਿਆ ਪੁੱਛਣਾ ਤਾਂ ਪੈਣਾ ਨਾ ਜੀ ਕਿਸੇ ਨਾ ਕਿਸੇ ਨੂੰ ਹਾਂਜੀ ਨਹ ਸਤ ਸੰਗ ਕਰੈ ਮਨਮਾਨੀ ਮਾਰਾ ਕਹਿੰਦੇ ਉਹ ਮਨਮਾਨੀਆਂ ਕਰਦਾ ਜੀ ਸਤ ਸੰਗ ਨਹੀਂ ਕਰਦਾ ਹਾਂਜੀ ਸੋ ਕਬ ਹੋਏ ਨਹੀਂ ਬ੍ਰਹਮ ਗਿਆਨੀ ਐਸੇ ਪੁਰਸ਼ ਕਦੀ ਵੀ ਬ੍ਰਹਮ ਗਿਆਨੀ ਨਹੀਂ ਬਣ ਸਕਦੇ ਜੀ ਕਦੀ ਵੀ ਬ੍ਰਹਮ ਗਿਆਨੀ ਨਹੀਂ ਬਣ ਸਕਦੇ ਸ੍ਰੀ ਗੁਰ ਕਹਿਓ ਸਭਨ ਸਿੱਖ ਸੁਨਿਓ ਚੇਤਾ ਰਖਿਓ ਸੰਤ ਬਣਨਾ ਬ੍ਰਹਮ ਗਿਆਨੀ ਬਣਨਾ ਸਾਡਾ ਜਨਮ ਸਿੱਧ ਅਧਿਕਾਰ ਹੈਗਾ ਜੀ ਅੱਖੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਹੋਗੇ ਕਿ ਮੈਂ ਮਾਰ ਕੇ ਕਹਿੰਦੇ ਆ ਸੰਤ ਬਣੋ ਬ੍ਰਹਮ ਗਿਆਨੀ ਬਣੋ ਗੁਰਮੁਖ ਬਣੋ ਇਹ ਤਾਂ ਜਨਮ ਸਿੱਧ ਅਧਿਕਾਰ ਹੈ ਜੀ ਪਰ ਇਹੋ ਜੇ ਬੰਦੇ ਨਹੀਂ ਬਣ ਪਾਉਂਦੇ ਜੀ ਸ੍ਰੀ ਗੁਰੂ ਕਹਿਓ ਸਿੱਖਨ ਸਭ ਸੁਣਿਓ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਿੱਖਾਂ ਨੇ ਸੁਣੇ ਜੀ ਹਾਂ ਸਰਦਾ ਧਾਰ ਨਮ ਨਮਰੀ ਹੋਏ ਮੰਨਿਓ ਤੇ ਸਰਦਾ ਧਾਰ ਕੇ ਨੀਵੇਂ ਹੋ ਕੇ ਗੱਲ ਮੰਨੀ ਵੀ ਕਹੇ ਗੁਰਮੁਖ ਦੀ ਸੰਗਤ ਕਰਨੀ ਚਾਹੀਦੀ ਹੈ ਸਤ ਸੰਗਤ ਕਰਨੀ ਚਾਹੀਦੀ ਹੈ ਹਾਂਜੀ ਢਿੰਗਣ ਮਧੂ ਦੋਇ ਤਖਾਣ ਇਹ ਦੋ ਸਿੱਖਾਂ ਦੇ ਨਾਮ ਨੇ ਜੀ ਭਾਈ ਢਿੰਗਣ ਜੀ ਢਿੰਗਣ ਜੀ ਤੇ ਭਾਈ ਮਧੂ ਜੀ ਕੀ ਨਾਮ ਹੈ ਭਾਈ ਢਿੰਗਣ ਜੀ ਤੇ ਭਾਈ ਮਧੂ ਜੀ ਕਰਨ ਕਾਰਮੈ ਬਹੁਤ ਸੁਝਾਨ ਤਰਖਾਨ ਨੇ ਜੀ ਲੱਕੜਾਂ چیرਨੀਆਂ ਲੱਕੜ ਦੇ ਪਦਾਰਥ ਬਣਾਉਣੇ ਸਮਾਨ ਬਣਾਉਣੇ ਸੰਦ ਬਣਾਉਣੇ ਜੀ ਕਰਨ ਕਾਰਮੈ ਬਹੁਤ ਸੁਝਾਨ ਕਈ ਬੰਦੇ ਹੁੰਦੇ ਆ ਜਿਹੜੇ ਆਪਣੇ ਕੰਮ ਕਰਨ ਚ ਬੜੇ ਸਿਆਣੇ ਹੁੰਦੇ ਆ ਜੀ ਉਹ ਇਸ ਕੰਮ ਚ ਬੜੇ ਸਿਆਣੇ ਸੀਗੇ ਜੀ ਦੋਵੇਂ ਰਹੇ ਗੁਰੂ ਹਰਗੋਬਿੰਦ ਤੀਰੈ ਸੱਚੇ ਪਾਤਸ਼ਾਹ ਜੀ ਦੇ ਲੱਗੇ ਹੀ ਰਹਿੰਦੇ ਸੀ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਸਨ ਸੰਗਤ ਕਰਦੇ ਹੁੰਦੇ ਸੀਗੇ ਨਿਤ ਲੰਗਰ ਕੀ ਲੱਕਰੀ ਚੀਰੈ ਸਦਾ ਲੰਗਰ ਵਾਸਤੇ ਲੱਕੜਾਂ ਚੀਰ-ਚੀਰ ਕੇ ਲਿਆਉਣੀਆਂ ਬਾਲਣ ਲੈ ਕੇ ਆਉਣਾ ਜੀ ਹਾਂਜੀ ਮੰਝੇ ਬਹੁਤ ਚੌਕੀਆਂ ਕਰੈ ਫਿਰ ਮੰਝੇ ਬਣਾਉਣੇ ਜੀ ਚੌਕੀਆਂ ਬਣਾਉਣੀਆਂ ਉਹ ਤਾਂ ਸੋਫੇ ਨਹੀਂ ਨਾ ਜੀ ਹੁੰਦੇ ਆਖੋ ਵਾਹਿਗੁਰੂ ਤੇ ਮੰਝੇ ਤੇ ਚੌਂਕੀਆਂ ਚਲਦੀਆਂ ਹੁੰਦੀਆਂ ਸੀ ਬਹਿਣ ਵਾਸਤੇ ਜੀ ਸੰਗਤਾਂ ਵਾਸਤੇ ਮੰਝੇ ਵੀ ਬਣਾਉਣੇ ਚੌਂਕੀਆਂ ਵੀ ਬਣਾਉਣੀਆਂ ਜੀ ਸਤਗੁਰ ਕੀ ਘਰ ਮੈਂ ਸੋ ਧਰੈ ਗੁਰੂ ਘਰ ਦੇ ਵਿੱਚ ਬਣਾ ਬਣਾ ਰੱਖੀ ਜਾਣੀਆਂ ਸੰਗਤਾਂ ਨੇ ਆਉਣਾ ਰਾਤ ਰਹਿਣਾ ਮੰਝਿਆਂ ਦੀ ਲੋੜ ਹੁੰਦੀ ਸੀਗੀ ਜੀ ਹਾਂਜੀ ਅਪਰ ਸਿੱਖ ਕੇ ਕਾਰਜ ਹੋਏ ਜੇ ਕਿ ਹੋਰ ਸਿੱਖ ਦਾ ਕੰਮ ਹੁੰਦਾ ਨਾ ਕਿਸੇ ਨੂੰ ਮੰਝਾ ਚੌਂਕੀ ਪੀੜੀ ਦੀ ਲੋੜ ਪੈਂਦੀ ਕਾਰਕੈ ਪ੍ਰੇਮ ਬਣਾਵੇਂ ਸੋਏ ਇਹ ਦੋਵੇਂ ਸਿੱਖ ਬੜੇ ਪ੍ਰੇਮ ਨਾਲ ਬਣਾ ਕੇ ਭੇਟ ਕਰਦੇ ਸੀਗੇ ਜੀ ਹਾਂਜੀ ਬੰਦਾ ਕੰਮ ਭਾਵੇਂ ਇੱਕ ਹੀ ਕਰੇ ਪਰ ਕਰੇ ਇਮਾਨਦਾਰੀ ਦੇ ਨਾਲ ਜੀ ਹਾਂਜੀ ਕਥਾ ਕੀਰਤਨ ਸ਼ਬਦ ਉਚਾਰ ਸੁਨੇ ਪ੍ਰੇਮ ਤੇ ਕਾਜ ਵਿਸਾਰ ਤੇ ਸਾਧ ਸੰਗਤ ਦੀ ਕਥਾ ਕੀਰਤਨ ਫੇ ਬੜੇ ਪਿਆਰ ਨਾਲ ਸੁਣਨਾ ਜੀ ਜਦੋਂ ਕਥਾ ਕੀਰਤਨ ਹੋਣਾ ਨਾ ਜੀ ਫਿਰ ਇਹਨਾਂ ਨੇ ਸਾਰੇ ਸੰਦ ਇੱਕ ਪਾਸੇ ਰੱਖ ਦੇਣੇ ਤੇ ਕਥਾ ਕੀਰਤਨ 'ਚ ਧਿਆਨ ਰੱਖਣਾ ਜੀ ਹਾਂਜੀ ਪਾਛਲ ਰਾਤ ਹੋਏ ਸਾਵਧਾਨ ਪਿਛਲੀ ਰਾਤ ਭਾਵ ਅੰਮ੍ਰਿਤ ਵੇਲੇ ਸਾਵਧਾਨ ਹੋਣਾ ਉੱਠਣਾ ਤੜਕੇ ਪੂਰਬ ਆਪ ਕਰੇ ਇਸ਼ਨਾਨ ਤੇ ਪਹਿਲਾਂ ਹੀ ਇਸ਼ਨਾਨ ਕਰ ਲੈਣਾ ਜੀ ਇਸ਼ਨਾਨ ਕਰਨਾ ਹਾਂਜੀ ਜਲ ਨਿਕਾਸ ਪੁਨ ਸਿਖ ਨਵਾਵੈ ਫਿਰ ਦੇਖੋ ਕਮਾਲ ਦੀ ਗੱਲ ਜੀ ਉਹਨਾਂ ਸਮਿਆਂ 'ਚ ਬੜੀ ਵੱਡੀ ਗੇ ਸੇਵਾ ਸੀਗੀ ਆਪ ਵੀ ਇਸ਼ਨਾਨ ਕਰਨਾ ਤੇ ਫਿਰ ਖੂਹਾਂ ਚੋਂ ਨਦੀਆਂ ਤੋਂ ਸਰੋਵਰਾਂ ਵਿੱਚੋਂ ਜਲ ਕੱਢ ਕੱਢ ਕੇ ਸਿੱਖਾਂ ਨੂੰ ਵੀ ਇਸ਼ਨਾਨ ਕਰਾਉਣਾ ਜੀ ਸੰਗਤਾਂ ਨੂੰ ਵੀ ਇਸ਼ਨਾਨ ਕਰਾਉਣਾ ਜੀ ਹਾਂ ਨਿਸ ਦਿਨ ਸਤਨਾਮ ਲਿਵਲਾਵੈ ਕੰਮ ਵੀ ਕਰਨਾ ਸੇਵਾ ਵੀ ਕਰਨੀ ਅੰਮ੍ਰਿਤ ਵੇਲੇ ਵੀ ਉੱਠਣਾ ਕਥਾ ਕੀਰਤਨ ਵੀ ਸੁਣਨਾ ਤੇ ਨਿਸ ਦਿਨ ਸਤਨਾਮ ਲਿਵਲਾਵੈ ਤੇ ਬੜੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਜੀ ਲੈਵ ਲ ਆ ਕੇ ਭਾਵ ਧਿਆਨ ਇਧਰ ਰੱਖਣਾ ਜੀ ਹਾਂਜੀ ਅੰਤ ਸਮਾ ਤਿੰਨ ਕੋ ਜਬ ਭਇਓ ਤੇ ਫਿਰ ਕੀ ਸੀ ਦੀ ਅੰਤਮ ਸਮਾ ਤੇ ਸਬਦਾ ਹੀ ਆਉਣਾ ਜੀ ਹੁਕਮੇ ਜੰਮਣ ਹੁਕਮੇ ਮਰਣਾ ਜਦੋਂ ਉਹਨਾਂ ਦਾ ਫਿਰ ਅੰਤਮ ਸਮਾ ਆਇਆ ਪ੍ਰਥਮ ਸ਼ਨਾਣ ਸੁਧਾਸਰ ਕੀਓ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਜੀ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਇਹ ਗੱਲਾਂ ਸਮਾਂ ਮੰਗਦੀਆਂ ਸੰਗਤ ਜੀ ਜਿਹੜੇ ਬਾਣੀ ਪੜ੍ਹਦੇ ਨਾਮ ਜਪਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਸਮਾਂ ਪੂਰਾ ਹੋ ਗਿਆ ਜੀ ਅਸੀਂ ਸਰੀਰ ਛੱਡ ਦੇਣਾ ਨਹੀਂ ਮਨਮੁਖ ਬੰਦੇ ਨੂੰ ਨਹੀਂ ਪਤਾ ਲੱਗਦਾ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਜੀ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਬਹੁਤ ਕਮਾਲ ਕਮਾਲ ਦੇ ਗੁਰਸਿੱਖ ਗੁਰਮੁਖ ਹੋਏ ਜੀ ਬਾਬਾ ਜੀ ਬਾਬਾ ਦੇਵਾ ਸਿੰਘ ਦੀ ਚੋਲਾ ਸਾਹਿਬ ਗੁਰਮੁਖ ਪਿਆਰੇ ਮਹਾਂਪੁਰਖ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਜੀ ਉਹਨਾਂ ਮਹਾਂਪੁਰਖਾਂ ਨੇ ਆਪਣੇ ਸੰਗੀ ਸਾਥੀਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਪਾਈ ਇੰਨੀ ਤਰੀਕ ਨੂੰ ਸਰੀਰ ਤਿਆਗਣਾ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਤੇ ਪੁੱਛ ਲਓ ਕਹਿਣ ਲੱਗੇ ਫਿਰ ਨਾ ਅਖਿਓ ਸਾਨੂੰ ਦੱਸ ਕੇ ਨਹੀਂ ਗਏ ਸਾਨੂੰ ਦੱਸ ਕੇ ਨੀ ਇੱਕ ਬੰਦਾ ਨਾ ਜੀ ਉਹਨਾਂ ਮਹਾਪੁਰਖਾਂ ਨੂੰ ਮਹਾਪੁਰਖਾਂ ਨੇ ਉਹਨੂੰ ਕਹਿਣਾ ਨਾਮ ਜਪਿਆ ਕਰ ਉਹ ਕਹਿੰਦਾ ਜੀ ਵੀ ਆਪਣੇ ਹੱਥੀ ਮਾਲਾ ਬਣਾ ਕੇ ਦਿਓਗੇ ਤੇ ਨਾਮ ਜਪਾਂਗਾ ਜੀ ਤੇ ਜਿੱਦਣ ਅੰਤਮ ਦਿਨ ਨਾ ਜੀ ਉਹਨਾਂ ਦਾ ਆਪਣੇ ਹੱਥੀ ਉਸ ਸਿੱਖ ਨੂੰ ਮਾਲਾ ਬਣਾ ਕੇ ਦਿੱਤੀ ਕਹਿੰਦੇ ਲੈ ਭਾਈ ਤੂੰ ਕਿੰਨਾ ਸਾ ਨਾਮ ਤਾਂ ਜਪਣਾ ਜੇ ਹੱਥੀ ਮਾਲਾ ਬਣਾ ਕੇ ਦਿਓਗੇ ਆ ਲੈ ਮਾਲਾ ਤੇ ਨਾਮ ਜਪਿਆ ਕਰੀਂ ਨਾਮ ਜਪਿਆ ਕਰੀ ਪਤਾ ਲੱਗ ਗਿਆ ਜੀ ਸਭ ਨੂੰ ਦੱਸ ਕੇ ਸਰੀਰ त्यागਿਆ ਜੀ ਬਾਬਾ ਸਾਬਣ ਸਿੰਘ ਜੀ ਹਰਿਆਣੇ ਚ ਹੋਏ ਆ ਜੀ ਸਾਰਿਆਂ ਨੂੰ ਦੱਸ ਕੇ ਸਰੀਰ त्यागਿਆ ਤੇ ਚੌਂਕੜੀ ਮਾਰ ਕੇ ਸਰੀਰ त्यागਿਆ ਜੀ ਚੌਂਕੜੀ ਚ ਉਹਨਾਂ ਦੇ ਸਰੀਰ ਦਾ ਇਸ਼ਨਾਨ ਵੀ ਚੌਂਕੜੀ ਤੇ ਕਰਾਇਆ ਤੇ ਸਸਕਾਰ ਵੀ ਚੌਂਕੜੀ ਚ ਕਰਾਇਆ ਜੀ ਦੱਸ ਕੇ ਸਰੀਰ त्यागਿਆ ਜੀ ਗੁਰੂ ਸਾਹਿਬਾਂ ਦੀ ਗੱਲ ਤੇ ਵੱਖਰੀ ਐ ਨਾ ਜੀ ਮਹਾਰਾਜ ਦੇ ਤੇ ਜੋਤੀ ਜੋਤ ਪ੍ਰਸੰਗ ਤੁਸੀਂ ਬੜੀ ਬੜੀ ਸੁਣੇ ਐ ਕਿਵੇਂ ਕਿਵੇਂ ਗੁਰੂ ਜੀ ਨੇ 10 10 ਕੇ ਸਰੀਰ ਛੱਡਿਆ ਜੀ ਸਿੱਖਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਅੱਜ ਅਸੀਂ ਸਰੀਰ ਛੱਡ ਦੇਣਾ ਜੀ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਅੰਤ ਸਮਾ ਤਿੰਨ ਕੋ ਜਦ ਭਇਓ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ ਪ੍ਰਥਮ ਸ਼ਨਾਨ ਸੁਧਾ ਸਰ ਕੀਓ ਤੇ ਅੰਮ੍ਰਿਤ ਸਰੋਵਰ ਹਰਮੰਦਰ ਸਾਹਿਬ ਵਾਲੇ ਸਰੋਵਰ ਦੇ ਵਿੱਚੋਂ ਉਹਨਾਂ ਆਪੇ ਹੀ ਇਸ਼ਨਾਨ ਕੀਤਾ ਜੀ ਹਾਂ ਜਿਤਕ ਪਦਾਰਥ ਨਿਕਟ ਨਿਹਾਰੇ ਜਿੰਨੇ ਉਹਨਾਂ ਕੋਲ ਪਦਾਰਥ ਸੀ ਨਾ ਵੇਖਿਓ ਤਿਆਗੀ ਬਿਰਤੀ ਸੀ ਜਿਨਨੇ ਉਹਨਾਂ ਦੇ ਕੋਲ ਪਦਾਰਥ ਸਨ ਨਿਜ ਕਰਤੇ ਰੰਕਨ ਦੇ ਸਾਰੇ ਤੇ ਆਪਣੇ ਹੱਥਾਂ ਨਾਲ ਹੀ ਸਾਰੇ ਵੰਡ ਦਿੱਤੇ ਕਹਿੰਦੇ ਵੀ ਸਰੀਰ ਤੇ ਤਿਆਗ ਦੇਣਾ ਤੇ ਚੀਜ਼ਾਂ ਰੱਖ ਕੇ ਕੀ ਕਰਨਾ ਇਸ ਕਰਕੇ ਆਪੇ ਹੀ ਵੰਡ ਦਿੱਤੇ ਸੰਗਤ ਜੀ ਹੁਣ ਵੀ ਐਸੇ ਗੁਰਮੁਖ ਪਿਆਰੇ ਹਨ ਇਸ ਸਮੇਂ ਜਿਹੜਾ ਸਮਾਂ ਚੱਲ ਰਿਹਾ ਹੁਣ ਵੀ ਐਸੇ ਗੁਰਮੁਖ ਪਿਆਰੇ ਹਨ ਜੀ ਹਰਮੰਦਰ ਸਾਹਿਬ ਬੜਾ ਲੰਮਾ ਸਮਾਂ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਗ੍ਰੰਥੀ ਰਹੇ ਜੀ ਹੈਡ ਗ੍ਰੰਥੀ ਵੀ ਰਹੇ ਜੀ ਥੋੜਾ ਜਿਹਾ ਸਮਾਂ ਕਾਲ ਤੱਕ ਸਾਹਿਬ ਦੇ ਜਥੇਦਾਰ ਵੀ ਰਹੇ ਜੀ ਤਾਂ ਪਿਛੇ ਜੇ ਟੀਵੀ ਤੇ ਵੀ ਆਇਆ ਸੀਗਾ ਕਿ ਉਹਨਾਂ ਦਾ ਘਰ ਕਰੋੜਾਂ ਦਾ ਘਰ ਦੀ ਉਹਨਾਂ ਦਾ ਜੀ ਹਾਂਜੀ ਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਭੇਟ ਕਰ ਦਿੱਤਾ ਵਸੀਅਤ ਲਿਖ ਦਿੱਤੀ ਮੇਰੇ ਮਰਨ ਤੋਂ ਬਾਅਦ ਘਰ ਗੁਰੂ ਰਾਮਦਾਸ ਜੀ ਨੂੰ ਭੇਟ ਕਰ ਦੇਉ ਕਹਿਣ ਦੇ ਕੇ ਵਸੀਅਤ ਕਰ ਦਿੱਤੀ ਜੀ ਉਹ ਘਰ ਲਿਖਤੀ ਗੁਰੂ ਰਾਮਦਾਸ ਜੀ ਦੇ ਨਾਮ ਹੋ ਗਿਆ ਹਰਮੰਦਰ ਸਾਹਿਬ ਦੇ ਨਾਮ ਹੋ ਗਿਆ ਜੀ ਤਿਆਗ ਭਾਵਨਾ ਜੀ ਹਾਂਜੀ ਹੁਣ ਵੇਖੋ ਨਾ ਜੀ ਜਿੰਦਿਆਂ ਜੀ ਤੇ ਚੀਜ਼ਾਂ ਦੀ ਲੋੜ ਹੈਗੀ ਮਰਨ ਮਰ ਜਾਣਾ ਤਾਂ ਵੀ ਬੰਦੇ ਚੀਜ਼ਾਂ ਨਹੀਂ ਛੱਡਦੇ ਜੀ ਤੇ ਭਾਈ ਦੀ ਭਾਈ ਧਿੰਗਣ ਮੱਧੂ ਭਾਈ ਧਿੰਗਣ ਜੀ ਤੇ ਭਾਈ ਮੱਧੂ ਜੀ ਨੇ ਸਭ ਪਦਾਰਥ ਵੰਡ ਦਿੱਤੇ ਜੀ ਆਪਣੇ ਸਭ ਪਦਾਰਥ ਵੰਡ ਦਿੱਤੇ ਹਾਂਜੀ ਵਾਹਿਗੁਰੂ ਸਿਮਰਤ ਤਨ ਸ਼ੋਰਾ ਤੇ ਇਸ਼ਨਾਨ ਕੀਤਾ ਅੰਮ੍ਰਿਤ ਸਰੋਵਰ ਚੋਂ ਪਦਾਰਥ ਵੰਡ ਦਿੱਤੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਸਰੀਰ ਛੱਡ ਦਿੱਤਾ ਜੀ ਜਨਮ ਤੇ ਮਰਨ ਦੀ ਬੜੀ ਵੱਡੀ ਪੀੜ ਹੈਗੀ ਐ ਪਰ ਗੁਰਮੁਖਾ ਨੂੰ ਨਹੀਂ ਵਿਆਪਦੀ ਜੀ ਹੁਕਮੇ ਜੰਮਣ ਹੁਕਮੇ ਮਰਣਾ ਹੁਕਮੇ ਜੰਮਣ ਹੁਕਮੇ ਮਰਣਾ ਹੁਕਮੇ ਜੰਮਣ ਹੁਕਮੇ ਮਰਣਾ ਹੁਕਮੇ ਜੰਮਣ ਹੁਕਮੇ ਮਰਣਾ ਹੁਕਮੇ ਜੰਮਣਾ ਹੁਕਮੇ ਮਰਣਾ ਵਾਹਿਗੁਰੂ ਜੀ ਦੀ ਮਿਹਰ ਹੋਈ ਵਾਹਿਗੁਰੂ 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 ਜਪਦਿਆਂ ਦੋ ਵਾਹੀ ਗੁਰੂ ਪਿਆਰਿਆਂ ਨੇ ਇਕੱਠਿਆਂ ਹੀ ਸਰੀਰ ਛੱਡ ਦਿੱਤਾ ਜੀ ਹਾਂਜੀ ਗੁਰ ਬਿਨ ਕਰਿਓ ਨ ਮਨ ਕਿਸ ਓਰਾ ਤੇ ਕਮਾਲ ਦੀ ਗੱਲ ਐ ਜੀਂਦਿਆਂ ਜੀਵ ਹੀ ਉਹਨਾਂ ਨੇ ਆਪਣਾ ਮਨ ਗੁਰੂ ਜੀ ਦੇ ਚਰਨਾਂ ਚ ਲਾ ਕੇ ਰੱਖਿਆ ਹੈਗਾ ਜੀ ਤੇ ਸਰੀਰ ਤਿਆਗਣ ਲੱਗਿਆਂ ਵੀ ਮਨ ਹੋਰ ਬੰਨੇ ਨਹੀਂ ਜਾਣ ਦਿੱਤਾ ਜੀ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਰਿਧਾ ਬਸੈ ਸਿੱਖ ਚਿਤਾ ਪਰ ਲੈ ਜਬ ਗਏ ਸਿੱਖ ਚਿਖਾ ਪਰ ਲੈ ਜਬ ਗਏ ਗੁਰੂ ਕੇ ਸਿੱਖ ਫਿਰ ਉਹਨਾਂ ਨੂੰ ਚਿਖਾ ਉੱਤੇ ਸਜਾਣ ਵਾਸਤੇ ਲੈ ਕੇ ਗਏ ਸਸਕਾਰ ਵਾਸਤੇ ਲੈ ਕੇ ਗਏ ਜੀ ਸ੍ਰੀ ਹਰਿ ਗੋਬਿੰਦ ਪਹੁੰਚਤ ਭਏ ਫਿਰ ਧਿਆਨ ਨਾ ਸੁਣਿਓ ਧਿਆਨ ਨਾਲ ਜਦੋਂ ਤੁਸੀਂ ਸਾਰੀ ਕਥਾ ਸੁਣੋਗੇ ਤਾਂ ਤੁਸੀਂ ਧੰਨ ਤਾਂ ਨਹੀਂ ਇਹਨਾਂ ਨੂੰ ਕਹਿਣਾ ਜੀ ਆਖੋ ਸਾਰੇ ਗੱਜ ਕੇ ਵਾਹਿਗੁਰੂ ਵਾਹਿਗੁਰੂ ਸਿੱਖ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਇਹਨਾਂ ਨੂੰ ਸਸਕਾਰ ਵਾਲੀ ਜਗ੍ਹਾ ਤੇ ਲੈ ਕੇ ਗਏ ਹੁਣ ਇਸ਼ਨਾਨ ਤੇ ਪਹਿਲਾਂ ਹੀ ਕਰ ਲਿਆ ਸੀ ਇਹਨਾਂ ਘਰ ਦਾ ਸਮਾਨ ਵੀ ਸਾਰੇ ਗਰੀਬਾਂ ਨੂੰ ਦੇ ਦਿੱਤਾ ਹਾਂਜੀ ਤੇ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ ਜਦੋਂ ਇਹਨਾਂ ਦਾ ਸਸਕਾਰ ਹੋਣਾ ਸੀਗਾ ਸਾਰੇ ਕੰਮ ਛੱਡ ਕੇ ਗੁਰੂ ਆਰ ਗੋਬਿੰਦ ਸਾਹਿਬ ਉੱਥੇ ਪਹੁੰਚ ਗਏ ਜੀ ਸੱਚੇ ਪਾਤਸ਼ਾਹ ਉੱਥੇ ਗਏ ਜੀ ਹਾਂਜੀ ਦੋਨੋਂ ਕੋ ਕਰਤੇ ਸਸਕਾਰ ਤੇ ਦੋਨਾਂ ਸਿੱਖਾਂ ਦਾ ਭਾਈ TINGAN ਜੀ ਦਾ ਤੇ ਭਾਈ ਮਧੂ ਜੀ ਦਾ ਸ੍ਰੀ ਗੁਰੂ ਆਰ ਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਸਸਕਾਰ ਕੀਤਾ ਜੀ ਕਿਤੇ ਛੋਟੀ ਗੱਲ ਹੈ ਜੀ ਹਾਂਜੀ ਇਹ ਛੋਟੀ ਗੱਲ ਨਹੀਂ ਤੇ ਗੁਰੂਵਰ ਗੋਬਿੰਦ ਸਾਹਿਬ ਆਪਣੇ ਹਥਾਣਾ ਕੇ ਦਾ ਸਸਕਾਰ ਕਰਨ ਦੀ ਮਹਾਰਾਜੀ ਨੇ ਆਪ ਉਹਨਾਂ ਦੇ ਸਸਕਾਰ ਕੀਤੇ ਆਪ ਉਹਨਾਂ ਦੀ ਚਖਾ ਨੂੰ ਅਗਨੀ ਦਿੱਤੀ ਦੀ ਹਾਂਜੀ ਪਿਛੇ ਗੁਰੂ ਪ੍ਰਸੰਗ ਉਚਾਰਾ ਤੇ ਫਿਰ ਨਾ ਉਹਨਾਂ ਦਾ ਸਸਕਾਰ ਕਰਕੇ ਮਹਾਰਾ ਨੇ ਫਿਰ ਸੰਗਤ ਨੂੰ ਦੱਸਿਆ ਉਹਨਾਂ ਦੇ ਪਿਛਲੇ ਜਨਮ ਬਾਰੇ ਜੀ ਹਰ ਇੱਕ ਦਾ ਪਿਛਲਾ ਜਨਮ ਤਾਂ ਹੈਗਾ ਜੀ ਬਾਣੀ ਮੰਨਦੀ ਹੈ ਜੀ ਪੁਰਬ ਜਨਮ ਹਮ ਤੁਮਾਰੇ ਸੇਵਕ ਅਬ ਤੋਂ ਮੇਟਣਾ ਨਾ ਜਾਈ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਮਾਰਾ ਕਹਿੰਦੇ ਪਿਛਲੇ ਜਨਮਾਂ ਦੀ ਗੱਲ ਸੁਣੋ ਹਾਂਜੀ ਇਹ ਨਲ ਨੀਲ ਹੁਤੇ ਅਵਤਾਰ ਮਾਰਾ ਕਹਿਣ ਲੱਗੇ ਤ੍ਰੇਤੇ ਯੁਗ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਕਹਿਣ ਲੱਗੇ ਤ੍ਰੇਤੇ ਯੁਗ ਅਚੇ ਇਹ ਦੋਵੇਂ ਸਿੱਖ ਤ੍ਰੇਤੇਜੁਗ ਵਿੱਚ ਨਲ ਤੇ ਨੀਲ ਸੀਗੇ ਇੱਕ ਦਾ ਨਾਮ ਸੀ ਨਲ ਇੱਕ ਦਾ ਨਾਮ ਸੀ ਨੀਲ ਹਾਂਜੀ ਕਰੀ ਬਿਨ ਇਨਹੂ ਇੱਕ ਬਾਰ ਇਹਨਾਂ ਨੇ ਫਿਰ ਇੱਕ ਵਾਰੀ ਬੇਨਤੀ ਕੀਤੀ ਸੀਗੀ ਸ਼੍ਰੀ ਰਾਮਚੰਦਰ ਜੀ ਨੂੰ ਹਾਂਜੀ ਹਮ ਕੋ ਭਗਤ ਦੇ ਬ੍ਰਹਮ ਗਿਆਨ ਨਲ ਕੌਣ ਹੈ ਜੀ ਪਹਿਲਾਂ ਸੁਣੋ ਆਖੋ ਵਾਹਿਗੁਰੂ ਵਾਹਿਗੁਰੂ ਰਾਮਚੰਦਰ ਜੀ ਦੀ ਫੌਜ ਦਾ ਇੱਕ ਸਿਪਾਈ ਸੀ ਜੀ ਭਾਈ ਨੱਲ ਜੀ। ਸ਼੍ਰੀ ਰਾਮਚੰਦਰ ਜੀ ਦੀ ਫੌਜ ਦੇ ਸਿਪਾਈ ਸਨ ਜੀ। ਤੇ ਵਿਸ਼ਕਰਮਾ ਜੀ ਦੇ ਪੁੱਤਰ ਮੰਨਿਆ ਜਾਂਦਾ ਜੀ। ਹਾਂਜੀ ਤੇ ਜਦੋਂ ਸਮੁੰਦਰ ਤੇ ਪੁੱਲ ਬਣਾਉਣਾ ਸੀ ਨਾ ਜੀ ਤੇ ਨੱਲ ਨੇ ਬੜੀ ਮਦਦ ਕੀਤੀ ਸੀਗੀ ਜੀ। ਸਿਰੋ ਸਮੇਂ ਬਾਂਦਰ ਦਾ ਸੀਗਾ ਜੀ। ਬੋਲਣਾ ਚੱਲਣਾ ਤੁਹਾਨੂੰ ਪਤਾ ਜੀ ਜੋ ਤ੍ਰੇਤੇਜੁਗ ਦੀ ਕਥਾ ਚੱਲੀ ਆ ਰਹੀ ਦੀ ਸਮੇਂ ਨਾਲ ਜੁਗਾਂ ਦਾ ਬੜਾ ਸਾਬ ਕਿਤਾਬ ਬਦਲ ਜਾਂਦਾ ਜੀ ਤੇ ਨੀਲ ਕੌਣ ਹੈ ਆਖੋ ਵਾਹਿਗੁਰੂ ਵਾਹਿਗੁਰੂ ਨੀਲ ਵੀ ਸਾਧ ਸੰਗਤ ਦੀ ਉਹਦੇ ਨਾਲ ਹੀ ਸੀਗਾ ਜੀ ਜਾਮਵੰਤ ਵੀ ਮੰਨਿਆ ਜਾਂਦਾ ਨੀਲ ਨੂੰ ਜੀ ਹਾਂ ਜੀ ਇਹ ਆ ਰਾਮਚੰਦਰ ਜੀ ਦੇ ਸਮੇਂ ਸਿਪਾਈ ਸਨ ਦੋਵੇਂ ਬੜੇ ਦਿਮਾਗੀ ਸੀਗੇ ਜੀ ਪੋਲ ਬਣਾਉਣ ਚ ਮਦਦ ਕੀਤੀ ਵੇਖੋ ਨਾ ਜੀ ਸੰਸਕਾਰ ਤੇ ਪਿਛਲੇ ਜਨਮਾਂ ਦੇ ਸੀਗੇ ਹੁਣ ਤਖਾਨ ਸੰਦੋਂ ਮੈਂ ਜੀ ਹੁਣ ਵੀ ਸਮਾਨ ਨਹੀਂ ਬਣਾਉਂਦੇ ਹੈਗੇ ਸਿੱਖਾਂ ਨੂੰ ਵੰਡਦੇ ਹੁੰਦੇ ਹੈਗੇ ਜੀ ਚੇਤਾ ਰੱਖਿਓ ਆਪਾਂ ਸਾਰੇ ਜਿੰਨੇ ਤੁਸੀਂ ਕਥਾ ਸੁਣ ਰਹੇ ਹੋ ਇਸ ਜਨਮਦਾਨੀ ਤੇ ਪਿਛਲੇ ਜਨਮਾਂ ਦਾ ਪਿਛਲੇ ਦਾਣੀ ਤੇ ਔਰੇ ਤੋਂ ਪਿਛਲੇ ਦਾ ਕਿਤੇ ਨਾ ਕਿਤੇ ਗੁਰੂ ਜੀ ਦੇ ਨਾਲ ਸੰਬੰਧ ਹੁੰਦਾ ਹੈ ਜੀ ਕਈਆਂ ਦਾ ਜਨਮ ਹੀ ਕਿਤੇ ਹੋਰ ਹੋਇਆ ਹੁੰਦਾ ਜੀ ਪਰ ਸਬੰਧ ਬੜਾ ਪ੍ਰਭਲ ਹੁੰਦਾ ਇਹਦੇ ਕਰਕੇ ਉਹ ਮੁੜਕੜ ਕੇ ਗੁਰੂ ਘਰ ਵਿੱਚ ਆ ਜਾਂਦੇ ਨੇ ਜੀ ਪਹੁੰਚ ਜਾਂਦੇ ਜੀ ਮਹਾਰਾ ਕਹਿੰਦੇ ਇਹਨਾਂ ਨੇ ਬੇਨਤੀ ਕੀਤੀ ਸੀ ਕੀ ਬੇਨਤੀ ਕੀਤੀ ਸੀ ਹਮਕਉ ਭਗਤ ਦੇਹ ਬ੍ਰਹਮ ਗਿਆਨ ਵੀ ਸਾਨੂੰ ਬ੍ਰਹਮ ਗਿਆਨ ਦੀ ਦਾਤ ਦਿਓ ਭਗਤੀ ਦਿਓ ਬ੍ਰਹਮ ਗਿਆਨ ਦੀ ਦਾਤ ਦਿਓ ਹੋਵੈ ਨੀਲ ਆਨੰਦ ਮਹਾਨ ਹੋਵੈ ਹੀਨ ਆਨੰਦ ਮਹਾਨ ਅਸੀਂ ਵੀ ਆਨੰਦ ਵਿੱਚ ਲੀਨ ਹੋਈਏ ਸਾਡਾ ਵੀ ਭਲਾ ਹੋਵੇ ਹਾਂਜੀ ਤਦ ਹਮਨੇ ਉਚਰਿਓ ਤਿਸ ਕਾਲ ਪੂਰ ਕਾਮਨਾ ਕਰੈ ਨਿਹਾਲ ਕਹਿੰਦੇ ਫਿਰ ਉਸ ਸਮੇਂ ਦੀ ਇਹਨਾਂ ਦੀ ਮੰਗ ਸੀਗੀ ਕਹਿਣ ਲੱਗੇ ਉਦੋਂ ਇਹਨਾਂ ਦੀ ਮੰਗ ਪੂਰੀ ਨਹੀਂ ਸੀ ਹੋਈਗੀ ਇਸ ਜਨਮ ਵਿੱਚ ਮੰਗ ਪੂਰੀ ਹੋਗੀ ਇਹ ਦੋਵੇਂ ਸਿੱਖ ਬ੍ਰਹਮ ਗਿਆਨੀ ਸਨ ਕਹਿਣ ਲੱਗੇ ਕੀ ਨਾਮ ਭਲਾ ਭਾਈ ਢਿੰਗਣ ਜੀ ਤੇ ਭਾਈ ਮਧੂ ਜੀ ਆਖੋ ਧੰਨ ਭਾਈ ਢਿੰਗਣ ਜੀ ਧੰਨ ਭਾਈ ਢਿੰਗਣ ਜੀ ਧੰਨ ਭਾਈ ਮਧੂ ਜੀ ਧੰਨ ਭਾਈ ਮਧੂ ਜੀ ਹਾਂਜੀ ਅਬ ਸਤਿਗੁਰ ਕੇ ਸ਼ਬਦ ਕਮਾਏ ਮਹਾਰਾਜ ਕਹਿੰਦੇ ਉਸ ਜਨਮ ਜਨਮ ਦੇ ਤੁਰੇ ਹੋਏ ਸਨ ਹੋਣ ਇਸ ਜਨਮ ਚ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਇਹਨਾਂ ਨੇ ਬ੍ਰਹਮ ਗਿਆਨ ਭੇ ਨਹੀਂ ਲਖਾਏ ਹਾਂਜੀ ਮਹਾਰਾਜ ਗਰੀਬ ਨਵਾਦ ਕਹਿਣ ਲੱਗੇ ਪਰ ਬ੍ਰਹਮ ਗਿਆਨ ਨਾਲ ਬ੍ਰਹਮ ਗਿਆਨ ਪ੍ਰਾਪਤ ਕੀਤਾ ਪਰ ਕਮਾਲ ਦੀ ਗੱਲ ਇਹ ਭਾਈ ਢਿੰਗਣ ਤੇ ਮਧੂ ਰਹੇ ਐਵੇਂ ਜਿਵੇਂ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਬ੍ਰਹਮ ਗਿਆਨੀ ਨੇ ਦੀ ਛਪ ਕੇ ਰਹੇ ਫਿਰ ਬੇਮਤੀ ਜੇ ਸੰਗਤ ਦੀ ਛੁਪਣਾ ਬੜਾ ਔਖਾ ਜੀ ਕਮਾਈ ਕਰ ਲੈਣੀ ਸੌਖੀ ਚ ਤੇ ਕਮਾਈ ਨੂੰ ਸਾਂਭਣਾ ਬੜਾ ਔਖਾ ਹੈਗਾ ਜੀ ਹਾਂਜੀ ਅਬਚਲ ਪਦ ਪ੍ਰਾਪਤ ਅਬ ਹੋਵਾ ਮਹਾਰਾ ਕਹਿੰਦੇ ਕਿਸ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਹੋਣ ਦ੍ਰੀਕ ਖੁਦਾਏ ਤੇ ਭੇਦ ਨਾ ਕਿਸੇ ਦੇ ਤੇ ਸਤੇ ਪਾਤਸ਼ਾਹ ਕਹਿਣ ਲੱਗੇ ਇਹ ਅਬਚਲ ਪਦਵੀ ਨੂੰ ਪ੍ਰਾਪਤ ਹੋਏ ਹਾਂਜੀ ਭੋਗ ਕਰਮ ਫਲ ਸਭ ਕੋ ਖੋਵਾ ਜਿਨਨੇ ਕਰਮ ਸੰਨ ਸਭ ਭੋਗ ਭਾਗ ਕੇ ਫਲ ਪੁੰਚ ਕੇ ਨਾਮ ਜਪ ਕੇ ਚਲੇ ਗਏ ਕਹਿਣ ਲੱਗੇ ਸੁਣ ਕੇ ਸਗਰੇ ਸਿੱਖ ਬਿਸਮਾਏ ਸਾਰੇ ਸਿੱਖ ਹੈਰਾਨ ਹੋਏ ਅਸੀਂ ਤੇ ਆਮ ਜਿਹੇ ਬੰਦੇ ਸਮਝਦੇ ਰਹੇ ਅਸੀਂ ਤੇ ਕਿਹਾ ਤਰਖਾਨ ਹੀ ਹੈਗੇ ਬਸ ਹੈ ਮੰਜੇ ਬਣਾਉਣ ਵਾਲੇ ਆ ਗਏ ਪੀੜੀਆਂ ਬਣਾਉਣ ਵਾਲੇ ਆ ਗਏ ਅਸੀਂ ਤੇ ਆਮ ਹੀ ਸਮਝਦੇ ਰਹੇ ਸਾਨੂੰ ਨਹੀਂ ਸੀ ਪਤਾ ਬ੍ਰਹਮ ਗਿਆਨੀ ਜੇ ਬ੍ਰਹਮ ਗਿਆਨੀ ਪਤਾ ਲੱਗ ਜਾਂਦਾ ਮੱਥੇ ਟੇਕ ਕੇ ਫਲ ਹੀ ਲੈਂਦੇ ਬ੍ਰਹਮ ਗਿਆਨੀ ਦੇ ਦਰਸ਼ਨਾਂ ਦਾ ਬੜਾ ਵੱਡਾ ਫਾਇਦਾ ਨਾ ਜੀ ਬਸ ਜੀ ਕਈ ਕਮਾਈ ਲੁਟਾ ਦਿੰਦੇ ਆ ਕਈ ਕਮਾਈ ਸੰਭ ਲੈਂਦੇ ਆ ਜੀ ਪਤਾ ਨਹੀਂ ਲੱਗਣ ਦਿੰਦੇ ਕਿਸੇ ਨੂੰ ਜੀ ਸਾਰੇ ਸਿੱਖ ਬੜੇ ਹੈਰਾਨ ਹੋਏ ਹਾਂਜੀ ਗਤਮਿਤ ਤੁਮਰੀ ਲਖੀ ਨਾ ਜਾਏ ਉਹ ਫਿਰ ਮਹਾਰਾਜ ਨੂੰ ਕਹਿਣ ਲੱਗੇ ਸੱਤੇ ਪਾਸ਼ਾ ਤੁਹਾਡੀ ਗਤਮਿਤ ਅਹੀਂ ਨਹੀਂ ਜਾਣ ਸਕਦੇ ਜੀ ਤੁਹਾਡੇ ਸਿੱਖਾਂ ਦੀ ਵੀ ਨਹੀਂ ਜਾਣ ਸਕਦੇ ਕੋਇ ਨ ਜਾਣੈ ਮਹਿਮਾ ਸਗਰੀ ਆਪ ਜੀ ਦੀ ਮਹਿਮਾ ਸਾਰੀ ਤਾਂ ਕੋਈ ਵੀ ਨਹੀਂ ਜਾਣਦਾ ਜੀ ਥੋੜੀ ਬਹੁਤੀ ਆਪਣੇ ਹਿਸਾਬ ਨਾਲ ਜੀਵ ਜਾਣਦੇ ਆ ਸਭ ਗਿਆਨੀ ਕਥਾ ਕਰਦੇ ਮਹਾਂਪੁਰਖ ਕੀਰਤਨ ਕਰਦੇ ਆਪਣੇ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਆ ਸੰਗਤ ਦੇ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਮਹਿਮਾ ਸਤਗੁਰ ਜਾਣੈ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਸਤਗੁਰ ਕੀ ਮਹਿਮਾ ਸਤਗੁਰ ਜਾਣੈ ਸਤ ਗੁਰ ਕੀ ਮਹਿਮਾ ਸਤ ਗੁਰ ਜਾਣੇ 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 ਕੋਏ ਨਾ ਜਾਣੈ ਮਹਿਮਾ ਸਗਰੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਹਾਡੀ ਮਹਿਮਾ ਸਾਰੀ ਨਹੀਂ ਕੋਈ ਜਾਣ ਸਕਦਾ ਜੀ ਥੋੜੀ ਬਹੁਤੀ ਤੇ ਜਾਣ ਹੀ ਲੈਂਦੇ ਆ ਥੋੜਾ ਬਹੁਤਾ ਤੇ ਪਤਾ ਲੱਗਦਾ ਥੋੜਾ ਬਹੁਤਾ ਵੀ ਕੀ ਪਤਾ ਲੱਗਦਾ ਵੀ ਗੁਰੂ ਜੀ ਸਭ ਤੋਂ ਹੀ ਵੱਡੇ ਨੇ ਇਹੋ ਹੀ ਪਤਾ ਲੱਗਦਾ ਜੀ ਹਾਂਜੀ ਤਿੰਨ ਲੋਕ ਮਹਾਂ ਉਜਗਰੀ ਸੱਚੇ ਪਾਤਸ਼ਾਹ ਤਿੰਨਾਂ ਲੋਕਾਂ ਦੇ ਵਿੱਚ ਤੁਹਾਡੀ ਸਿਫਤ ਸੋਭਾ ਵਡਿਆਈ ਹੈ ਪਿਛਲੇ ਜੁੱਗਾਂ ਦੇ ਉਹ ਲੋਕ ਜਿਹੜੇ ਬੜੇ ਬੜੇ ਮਹਾਨ ਮੰਨੇ ਗਏ ਐ ਮਹਾਰਾਜ ਉਹਨਾਂ ਨੂੰ ਵੀ ਆਪ ਜੀ ਮੁਕਤੀ ਬਖਸ਼ ਰਹੇ ਹੋ ਸੱਚੇ ਪਾਤਸ਼ਾਹ ਤੁਹਾਡੀ ਮਹਿਮਾ ਤੁਸੀਂ ਜਾਣਦੇ ਹੋ ਸੰਗਤ ਦੀ ਗੱਲ ਸੱਚੀ ਹੈ ਜੀ ਹਾਂਜੀ ਤੇ ਧੰਨ ਨੇ ਭਾਈ ਢਿੰਗਣ ਜੀ ਤੇ ਭਾਈ ਮਧੂ ਜੀ ਇੰਨੀ ਸਾਖੀ ਅੱਜ ਆਪ ਦੀ ਸੁਣ ਲਓ ਕਿਉਂ ਜੇ ਫਿਰ ਅਗਲੀ ਸਾਖੀ ਸ਼ੁਰੂ ਕੀਤੀ ਸਮਾਂ ਲੱਗ ਜਾਣਾ ਜੀ ਇੰਨੀ ਸਾਖੀ ਧਿਆਨ ਨਾਲ ਸੁਣ ਸਮਝ ਲਓ ਕਿ ਜੀ ਭਾਈ ਢਿੰਗਣ ਜੀ ਤੇ ਭਾਈ ਮਧੂ ਜੀ ਹਾਂਜੀ ਹੁਣ ਇੱਕੋ ਜਨਮ ਦੇ ਵਿੱਚ ਸੇਵਾ ਸਿਮਰਨ ਕਰਕੇ ਇੰਨੇ ਵਧੀਆ ਸੁਭਾਅ ਨਹੀਂ ਬਣ ਜਾਂਦੇ ਜੀ ਇੱਕੋ ਦਿਨ ਚ ਸੇਵਾ ਸਿਮਰਨ ਕਰਕੇ ਇੱਕੋ ਜਨਮ ਚ ਸੇਵਾ ਕਰਕੇ ਇੰਨੇ ਵਧੀਆ ਸੁਭਾਅ ਨੀਤੇ ਬਣ ਜਾਂਦੇ ਤੁਸੀਂ ਭਾਈ tingan ਤੇ madhu ji ਦਾ ਸੁਭਾਅ ਸੁਣਿਆ ਸੰਗਤ ਜੀ ਉਹ ਪਿਛਲੇ ਜਨਮਾਂ ਦੀ ਕਮਾਈ ਸੀ ਉਹਨਾਂ ਦੀ ਦੀ ਪਿਛਲੇ ਜਨਮਾਂ ਦੀ ਕਮਾਈ ਸੀ ਜੀ ਵੇਖੋ ਨਾਮ ਵੀ ਹੈ ਉਹਨਾਂ ਚ ਉਹਨਾਂ ਚ ਪ੍ਰੇਮ ਵੀ ਹੈ ਤੇ ਉਹਨਾਂ ਵਿੱਚ ਤਿਆਗ ਵੀ ਹੈ ਜੀ ਸਭ ਕੁਝ ਤਿਆਗ ਦਿੱਤਾ ਆਪਣਾ ਆਪਣੇ ਮਰਨ ਤੋਂ ਪਹਿਲਾਂ ਸਭ ਕੁਝ ਵੰਡ ਦਿੱਤਾ ਲੋਕਾਂ ਨੂੰ ਜੀ ਵੀ ਰੱਖ ਲੋ ਸਾਂਭ ਲੋ ਤੇ ਬ੍ਰਹਮ ਗਿਆਨੀ ਹੋ ਕੇ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਅਸੀਂ ਬ੍ਰਹਮ ਗਿਆਨੀ ਹੈਗੇ ਹਾਂ ਦੀ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਣ ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੈ ਦੇ ਕਈ ਬੰਦੇ ਰੱਬ ਦੇ ਬੜੇ ਨੇੜੇ ਹੁੰਦੇ ਪਰ ਭੇਦ ਨਹੀਂ ਦਿੰਦੇ ਜੀ ਤੇ ਮੇਰੇ ਵਰਗੇ ਜਿਨ੍ਹਾਂ ਕੋਲ ਕੱਖ ਵੀ ਨਹੀਂ ਹੈਗਾ ਉਹ ਬ੍ਰਹਮ ਗਿਆਨੀ ਬਣ ਕੇ ਬਹਿ ਜਾਂਦੇ ਨੇ ਜੀ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਸਭ ਤੇ ਨੀਚਾ ਬ੍ਰਹਮ ਗਿਆਨੀ ਦੀ ਪ੍ਰਵਾਸ਼ਾ ਸਾਰੀ ਅਸ਼ਟਪਦੀ ਪੜੋ ਭਾਈ ਢਿੰਗਣ ਜੀ ਵਿੱਚ ਤੇ ਬ੍ਰਹਮ ਗਿਆਨੀ ਭਾਈ ਮੱਧੂ ਜੀ ਦੇ ਵਿੱਚ ਸਾਰੇ ਗੁਣ ਹੈਗੇ ਜੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੈ ਜਲਾ ਹਾਂਜੀ ਬ੍ਰਹਮ ਗਿਆਨੀ ਕੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਹੈ ਅਵਸਥਾ ਬਣ ਜਾਂਦੀ ਵੇਖ ਲੋ ਸਰੀਰ त्याਗਣ ਲੱਗੇ ਇਸ਼ਨਾਨ ਕੀਤਾ ਸਭ ਕੁਝ ਵੰਡਿਆ ਵਾਹਿਗੁਰੂ ਵਾਹਿਗੁਰੂ ਜਪਦੇਆਂ ਚੁੱਪ ਕਰਕੇ ਸਰੀਰ ਤਿਆਗ ਦਿੱਤਾ ਜੀ ਉਹਨਾਂ ਦੇ ਸਸਕਾਰ ਤੇ ਗੁਰੂ ਆਰ ਗੋਬਿੰਦ ਸਾਹਿਬ ਪੌਂਟੇ ਤੇ ਗੁਰੂ ਜੀ ਨੇ ਖੁਦ ਸਸਕਾਰ ਆਪਣੇ ਹੱਥੀਂ ਕੀਤਾ ਜੀ ਹੱਥੀਂ ਕੀਤਾ ਜੀ ਆਖੋ ਧੰਨ ਭਾਈ TINGAN ਜੀ ਧੰਨ ਭਾਈ TINGAN ਜੀ ਧੰਨ ਧੰਨ ਭਾਈ ਮਧੂ ਜੀ ਧੰਨ ਧੰਨ ਭਾਈ ਮਧੂ ਜੀ ਤੁਸੀਂ ਕਹੋਗੇ ਵੀ ਇਹ ਸਿੱਖਾਂ ਨੂੰ ਕਿਉਂ ਧੰਨ ਧੰਨ ਕਹਿੰਦਾ ਚੇਤਾ ਰੱਖਿਓ ਜੈਸ ਗੁਰੂ ਦੇ ਪਿਆਰੇ ਸਿੱਖ ਨੂੰ ਯਾਦ ਕਰਕੇ ਧੰਨ ਆਖੋਗੇ ਉਸ ਸਿੱਖ ਦੀ ਕਿਰਪਾ ਵੀ ਤੁਹਾਡੇ ਉੱਤੇ ਹੋਏਗੀ ਜੀ ਉਹ ਵੀ ਕਿਰਪਾ ਕਰਨਗੇ ਐਸੇ ਬ੍ਰਹਮ ਗਿਆਨੀਆਂ ਦੀ ਕਿਰਪਾ ਤੇ ਚਾਹੀਦੀ ਹੈ ਜੀ ਹਾਂਜੀ ਤੇ ਸੰਗਤਾਂ ਸੁਣਿਆ ਮਾਦਰ ਤੁਸੀਂ ਵੀ ਧੰਨ ਤੇ ਤੁਹਾਡੇ ਸਿੱਖ ਵੀ ਧੰਨ ਜੀ ਮਾਲਾ ਕਹਿੰਦੇ ਉਦੋਂ ਦੇ ਹੀ ਸਾਡੇ ਕੋਲ ਮੰਗ ਰਹੇਗੇ ਬ੍ਰਹਮ ਗਿਆਨ ਹੁਣ ਪ੍ਰਾਪਤੀ ਹੋਈ ਕਹਿਣ ਲੱਗੇ ਸੱਤੇ ਪਾਤਸ਼ਾਹ ਦੀ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਹੁਣ ਆਪਾਂ ਥੋੜਾ ਜਿਹਾ ਸਮਾਂ 5 ਮਿੰਟ ਰਹਿ ਗਏ 3-4 ਮਿੰਟ ਗੁਰਮੰਤਰ ਜਪ ਕੇ ਫਿਰ ਖਿਮਾ ਮੰਗੀਏ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਭਾਵਨਾ ਰੱਖਣੀ ਹੈ ਪਿਆਰੇ ਪ੍ਰੀਤਮ ਸਾਡੇ ਤੇ ਕਿਰਪਾ ਕਰਨ ਵਾਲੇ ਵਾਹਿਗੁਰੂ ਜੀ ਸਾਨੂੰ ਵੇਖ ਰਹੇ ਨੇ ਤੇ ਜੋ ਅਸੀਂ ਜਪ ਰਹੇ ਹਾਂ ਉਹ ਸੁਣ ਰਹੇ ਨੇ ਜੀ ਇਹ ਭਾਵ ਬਣਾ ਕੇ ਨਾਮ ਜਪੋ ਵਾਹਿਗੁਰੂ 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 ਮਨ ਦਾ ਸੁਭਾਅ ਇਹ ਬਰ ਜਾਏਗਾ ਜੀ ਇਹਨੇ ਜਾਣਾ ਪਰ ਭਾਵ ਇਹ ਰੱਖੋ ਵਾਹ ਮੈਂ ਪੰਜ ਵਰੀ ਵਾਹਿਗੁਰੂ ਬੋਲਣਾ ਮੇਰਾ ਵਾਹਿਗੁਰੂ ਸੁਣ ਰਿਹਾ ਹੈ ਜੀ ਤੇ ਵਾਹਿਗੁਰੂ ਜੀ ਦੇਖ ਰਏ ਨੇ ਮੈਨੂੰ ਮੇਰੇ ਨਾਲ ਨੇ ਵਾਹਿਗੁਰੂ 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 ਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਜਦੋਂ ਕੋਈ ਇਸ ਭਾਵ ਚ ਨਾਮ ਜਪਦਾ ਫੇਰ ਛੱਡਣ ਨੂੰ ਨਹੀਂ ਦੀ ਕਰਦਾ ਜੀ ਫਿਰ ਆਨੰਦ ਅਨੰਦ ਬਣੇਗਾ ਅੰਦਰ ਸ਼ਾਂਤੀ ਬਣੇਗੀ ਅੰਦਰ ਸੁਖ ਬਣੇਗਾ ਤੁਸੀਂ ਭਾਈ ਤਿੰਗਣ ਤੇ ਭਾਈ ਮੱਧੂ ਜੀ ਦੀ ਸਾਖੀ ਸੁਣੀ ਭਾਈ ਤਿੰਗਣ ਤੇ ਭਾਈ ਮੱਧੂ ਜੀ ਸੰਗਤ ਜੀ ਉਹ ਨਾਮ ਜਪਦੇ ਸਨ ਬੜੇ ਪ੍ਰੇਮ ਨਾਲ ਲਿਬ ਲਾ ਕੇ ਜਪਦੇ ਸੀ ਦਿਨੇ ਕੰਮਕਾਰ ਕਰਨਾ ਕਥਾ ਕੀਰਤਨ ਨਹੀਂ ਮਿਸ ਕਰਨਾ ਤੇ ਨਾਮ ਜਪਣਾ ਤੇ ਲਿਬ ਲਾ ਕੇ ਜਪਣਾ ਤਫਰ ਵੱਡੇ ਪਦਵੀ ਮਿਲੀ ਦੀ ਉਹਨਾਂ ਨੂੰ ਬ੍ਰਹਮ ਗਿਆਨੀ ਬਣੇ ਬ੍ਰਹਮ ਗਿਆਨੀ ਤੇ ਮੈਂ ਫਿਰ ਬੇਨਤੀ ਕਰਦਾ ਸੁਣਨ ਚ ਗੱਲ ਹੋਰ ਤਰ੍ਹਾਂ ਦੀ ਲੱਗਦੀ ਹੈ ਗੁਰਮੁਖ ਸੰਤ ਬ੍ਰਹਮ ਗਿਆਨੀ ਬਣਨਾ ਸਾਡਾ ਜਨਮ ਸਿੱਧ ਅਧਿਕਾਰ ਹੈਗਾ ਜੀ ਹਾਂ ਜੀ ਜਨਮ ਸਿੱਧ ਅਧਿਕਾਰ ਹੈ ਇਸ ਅਵਸਥਾ ਤੱਕ ਪਹੁੰਚਣਾ ਜੀ ਰੱਬ ਨੇ ਸਰੀਰ ਦਿੱਤਾ ਸਭ ਨੂੰ ਇੱਥੇ ਪਹੁੰਚਣ ਨੂੰ ਦਿੱਤਾ ਜੀ ਪਰਤੁਰ ਦੇ ਪਾਗਾਵਾਲੇ ਨੇ ਪਾਗਾਵਾਲੇ ਇਹ ਸਦ ਅਧਿਕਾਰ ਦੀ ਪ੍ਰਾਪਤੀ ਪਾਗਾਵਾਲੇ ਕਰਦੇ ਜੀ ਸਤਿਗੁਰੂ ਜੀ ਮੇਰਾ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪ ਜੀ ਦੇ ਚਰਣਾ ਵਿੱਚ ਬੇਨਤੀ ਹੈ ਕਿ ਕੱਲ ਨੂੰ 88 ਫੁੱਟ ਰੋਡ ਤੇ